ਜੀ ਆਇਆਂ ਨੂੰ ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਬਿਲਾ ਤਕੱਲਫ ਸ਼ੋਅ ਦੇ ਵਿੱਚ, ਪੰਜਾਬੀ ਦੇ ਵਿੱਚ, ਜਿਹੜੀ ਮੇਰੀ ਭਾਸ਼ਾ ਹੈ, ਮੇਰੀ ਮਾਂ ਬੋਲੀ ਹੈ, ਜਿਹਦੇ ਉੱਤੇ ਮੈਨੂੰ ਹਮੇਸ਼ਾ ਗਰਵ ਰਿਹਾ, ਮਾਣ ਰਿਹਾ ਔਰ ਹੋਣਾ ਵੀ ਚਾਹੀਦਾ। ਹਰ ਬੰਦੇ ਨੂੰ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਹੋਣਾ ਚਾਹੀਦਾ। ਅੱਜ ਦੀ ਗੱਲਬਾਤ ਅਸੀਂ ਮਾਂ ਬੋਲੀ 'ਚ ਇਸ ਵਜ੍ਹਾ ਨਾਲ ਕਰ ਰਹੇ ਹਾਂ ਕਿ ਅੱਜ ਗੱਲਬਾਤ ਹੀ ਮਾਂ ਬੋਲੀ ਦੀ, ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਪੰਜਾਬੀ ਜ਼ੁਬਾਨ ਦੀ ਸੇਵਾ ਕਰਨ ਵਾਲੇ ਇੱਕ ਐਸੇ ਮਿੱਤਰ, ਇੱਕ ਐਸੇ ਲਿਖਾਰੀ ਜਿਨ੍ਹਾਂ ਦਾ ਇਹ ਕੰਮ ਵੈਸੇ ਤਾਂ ਦਹਾਈਆਂ ਦਾ ਹੈਗਾ, ਕਈ ਵਰ੍ਹਿਆਂ ਤੋਂ ਹੈਗਾ, ਲੇਕਿਨ ਅਗਰ ਆਪਣੇ ਕੰਮ 'ਤੇ ਨਜ਼ਰ ਪਾਵਣ 'ਤੇ ਲੱਗਦਾ ਕਈ ਸਦੀਆਂ ਤੋਂ ਹੈਗਾ, ਕਿਉਂਕਿ ਜ਼ਮਾਨੇ ਦੀ ਜਿਹੜੀ ਮਾਪ ਤੋਲ ਹੈ ਉਹ ਬਾਜ਼ੁਕਾਤ ਉਹ ਜਿਹੜੇ ਵੇਲੇ ਦੇ ਆਪਣੇ ਪੈਮਾਨੇ ਹੁੰਦੇ ਨੇ ਉਸ ਤੋਂ ਵੱਖਰੀ ਹੁੰਦੀ ਹੈਗੀ ਹੈ। ਮੈਂ ਜੀ ਹਾਂ ਆਖਦਾ ਜਨਾਬ ਨਜ਼ੀਰ ਕਹੋੜ ਸਾਹਿਬ ਨੂੰ। ਕਈ ਨਾਵਲ ਲਿਖੇ ਤੁਸੀਂ, ਪਤਾ ਨਹੀਂ ਕੀ ਕੁਝ ਕੀਤਾ, ਔਰ ਮੂਵਮੈਂਟਸ ਚਲਾਈਆਂ, ਪੋਲੀਟੀਕਲ ਵੀ, ਕਲਚਰਲ ਵੀ, ਔਰ ਇਸ ਵੇਲੇ ਅੱਜ ਦੀ ਘੜੀ ਵੀ ਤੁਹਾਡੇ ਕੋਲ ਬਹੁਤ ਸਾਰੇ ਟਾਈਟਲ ਨੇ, ਲੇਕਿਨ ਤੁਸੀਂ ਇੱਕ ਟਾਈਟਲ ਦੇ ਉੱਤੇ ਜ਼ਿਆਦਾ ਫਖਰ ਮਹਿਸੂਸ ਕਰਦੇ ਜੇ, ਉਹ ਹੈਗਾ ਜਦੋਂ ਤੁਹਾਨੂੰ ਕਹਿੰਦੇ ਹਾਂ ਅਸੀਂ ਕਨਵੀਨੀਅਰ ਪੰਜਾਬੀ ਲੈਂਗੁਏਜ ਮੂਵਮੈਂਟ। ਇਹ ਮਤਲਬ ਇੰਨੇ ਲੰਮੇ ਪੈਂਡੇ ਤੋਂ ਬਾਅਦ, ਇੰਨੇ ਲੰਮੇ ਸਫ਼ਰ ਤੋਂ ਬਾਅਦ ਤੁਸੀਂ ਇਹ ਨਿਚੋੜ ਕੱਢਿਆ ਕਿ ਅਸਲ ਜਿਹੜਾ ਰੌਲਾ ਹੈਗਾ ਉਹ ਪੰਜਾਬੀ ਲੈਂਗੁਏਜ ਨੂੰ ਖਾਸ ਤੌਰ 'ਤੇ ਰਿਕੋਗਨਾਈਜ਼ ਨਾ ਕਰਨਾ, ਪਰਟੀਕੁਲਰਲੀ ਪਾਕਿਸਤਾਨੀ ਪੰਜਾਬੀਆਂ 'ਚ, ਕਿਉਂਕਿ ਹੋਰ ਰੌਲਾ ਇਹ ਕਿਧਰੇ ਨਹੀਂ ਹੈਗਾ ਜੀ। ਔਰ ਜਦੋਂ ਪਾਕਿਸਤਾਨੀ ਪੰਜਾਬੀ ਕਹਿੰਦੇ ਹਾਂ ਉਹਨਾਂ ਵਿੱਚ ਵੀ ਜਿਹੜੇ ਸਾਡੇ ਕ੍ਰਿਸਚਨ ਭੈਣ ਭਰਾ ਨੇ ਪਾਕਿਸਤਾਨ ਤੋਂ, ਉਹ ਤਾਂ ਬੜੇ ਫਖਰ ਨਾਲ ਬਾਈਬਲ ਵੀ ਪੰਜਾਬੀ 'ਚ ਪੜ੍ਹ ਰਹੇ ਹੁੰਦੇ ਨੇ, ਦੁਆਵਾਂ ਵੀ ਪੰਜਾਬੀ 'ਚ ਕਰ ਰਹੇ ਹੁੰਦੇ ਨੇ, ਪੰਜਾਬੀ ਵਰਤ ਰਹੇ ਹੁੰਦੇ ਨੇ। ਲੇਕਿਨ ਜਿਹੜੇ ਮੁਸਲਿਮ ਬੈਕਗ੍ਰਾਊਂਡ ਦੇ ਪੰਜਾਬੀ ਨੇ, ਖਾਸ ਤੌਰ 'ਤੇ ਪਾਕਿਸਤਾਨ ਦੀ ਤਰਫੋਂ ਜਾਂ ਲਹਿੰਦੇ ਪੰਜਾਬ ਦੀ ਤਰਫੋਂ, ਉਹ ਇਸ ਧਿਆਨ ਨਹੀਂ ਦਿੰਦੇ, ਤੁਸੀਂ ਉਹਨਾਂ ਨੂੰ ਧਿਆਨ ਦਿਵਾਉਣਾ ਚਾਹੁੰਦੇ ਜੀ? ਜੀ ਜੀ ਤਾਇਰ ਭਾਈ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡਾ ਟੈਗ ਟੀ ਵੀ ਦਾ, ਤੁਹਾਡਾ ਜ਼ਾਤੀ ਤੌਰ 'ਤੇ ਬੇਹੱਦ ਸ਼ੁਕਰ ਗੁਜ਼ਾਰ ਹਾਂ, ਤੁਸੀਂ ਟਾਈਮ ਦਿੱਤਾ ਆਪਣੀ ਮਾਂ ਬੋਲੀ ਵਾਸਤੇ। ਅਸਲ 'ਚ ਤੁਹਾਡਾ ਵੀ ਪੈਸ਼ਨ ਹੈ, ਤੁਹਾਡਾ ਵੀ ਇੱਕ ਜਿਹੜਾ ਜੁੜਤ ਹੈ ਮਾਂ ਬੋਲੀ ਦੇ ਨਾਲ, ਆਪਣੀ ਇਸ ਪੰਜਾਬੀ ਜ਼ੁਬਾਨ ਅਤੇ ਕਲਚਰ ਨਾਲ, ਉਹਦੀ ਵਜ੍ਹਾ ਤੋਂ ਮੈਂ ਇੱਥੇ ਬੈਠਾ। ਮੈਂ ਟੈਗ ਟੀ ਵੀ ਦਾ ਤੁਹਾਡਾ ਸਭ ਤੋਂ ਪਹਿਲੇ ਸ਼ੁਕਰ ਗੁਜ਼ਾਰ ਹਾਂ, ਸ਼ੁਕਰੀਆ ਅਦਾ ਕਰਦਾ ਵੈਲਕਮ ਪੰਜਾਬੀ ਲੈਂਗੁਏਜ ਮੂਵਮੈਂਟ ਵੱਲੋਂ ਕਿ ਮੈਂ ਇੱਥੇ ਤੁਸੀਂ ਆਪਣੇ ਸਟੂਡੀਓਜ਼ ਬੁਲਾਇਆ ਅਤੇ ਅਸੀਂ ਗੱਲਬਾਤ ਕਰ ਰਹੇ ਹਾਂ। ਦੂਸਰੀ ਜਿਹੜੀ ਗੱਲ ਹੈ, ਤੁਸੀਂ ਬਹੁਤ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ, ਇਹ ਕਹਾਣੀ ਲੰਮੀ, ਮੈਂ ਬਹੁਤ ਸਾਰੇ ਦੋਸਤ ਪੁੱਛਦੇ ਰਹਿੰਦੇ ਨੇ, ਮੈਂ ਮੁਖਤਸਰ ਜਿਹਾ ਜ਼ਿਕਰ ਕਰ ਦਿੰਦਾ ਕਿ 1972 'ਚ ਮੇਰਾ ਖਿਆਲ ਅਗਸਤ ਕਿ ਜੂਨ ਦਾ ਮਹੀਨਾ ਸੀ, ਜਦੋਂ ਇਹ ਜੂਨ ਜਦੋਂ ਸਿੰਧ ਵਿੱਚ ਉਰਦੂ ਸਿੰਧੀ ਲਸਾਨੀ ਫਸਾਦ ਸ਼ੁਰੂ ਹੋਇਆ, ਤਨਾਜ਼ਾ ਸ਼ੁਰੂ ਹੋਇਆ। ਉਸ ਵੇਲੇ ਮੈਂ ਕੋਈ 15-16 ਸਾਲ ਦੱਸਾਂ ਅਤੇ ਬਦੀਨ ਹਾਈ ਸਕੂਲ ਦਾ ਸਟੂਡੈਂਟ ਸਾਂ। ਉੱਥੇ ਜਦੋਂ ਇਹ ਤਨਾਜ਼ਾ ਸ਼ੁਰੂ ਹੋਇਆ, ਉਰਦੂ ਸਿੰਧੀ ਲਸਾਨੀ ਤਨਾਜ਼ਾ ਜਦੋਂ ਸ਼ੁਰੂ ਹੋਇਆ ਫਾਲ ਆਫ ਢਾਕਾ ਤੋਂ ਬਾਅਦ, ਉੱਥੇ ਵੀ ਪੰਜਾਬੀ ਅਤੇ ਉੱਥੇ ਉਰਦੂ ਅਤੇ ਬੰਗਾਲੀ ਜ਼ੁਬਾਨ ਦਾ ਤਨਾਜ਼ਾ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਟੁੱਟਾ, ਇੱਥੇ ਇਹ ਸ਼ੁਰੂ ਹੋ ਗਿਆ ਸੀ। ਉਸ ਵੇਲੇ ਅਸੀਂ ਸਿੰਧ 'ਚ ਹੈਗੇ ਸਾਂ, ਬਦੀਨ ਸਾਂ, ਅਤੇ ਪੰਜਾਬੀ ਇਸ ਤਨਾਜ਼ੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਪੰਜਾਬੀਆਂ ਦਾ ਹੋਇਆ। ਕੋਈ 73,000 ਪੰਜਾਬੀ ਸਿੰਧ 'ਚੋਂ ਕੱਢੇ ਗਏ, ਡੇਰਾ ਗਾਜ਼ੀ ਖਾਨ ਦੇ ਉੱਥੇ ਕੈਂਪਾਂ 'ਚ ਪਏ ਰਹੇ, ਅਤੇ ਪੰਜਾਬੀ ਬਹੁਤ ਸਾਰੀਆਂ ਪੰਜਾਬੀ ਔਰਤਾਂ ਅਗਵਾ ਹੋਈਆਂ, ਬਹੁਤ ਸਾਰੇ ਪੰਜਾਬੀ ਕਤਲ ਹੋ ਗਏ, ਕੋਈ 5,000 ਦੇ ਕਰੀਬ ਪੰਜਾਬੀ ਕਤਲ ਹੋਏ ਸਨ ਇਸ ਲਸਾਨੀ ਤਨਾਜ਼ੇ ਦੇ ਵਿੱਚ। ਅਤੇ ਲੇਕਿਨ ਤਨਾਜ਼ਾ ਉਰਦੂ ਸਿੰਧੀ ਦਾ ਸੀ, ਪੰਜਾਬੀ ਕਿਉਂ ਮਾਰੇ ਗਏ ਵਿਚਾਰੇ? ਹਾਂ, ਇਹ ਬੜਾ ਜ਼ਬਰਦਸਤ ਸਵਾਲ ਕੀਤਾ ਤੁਸੀਂ, ਤੁਸੀਂ ਨਿਚੋੜ ਕੱਢ ਲਿਆ ਗੱਲ ਦਾ। ਪੰਜਾਬੀ ਇਸ ਵਾਸਤੇ ਮਾਰੇ ਗਏ ਸਨ ਕਿ ਪੰਜਾਬੀ ਉਰਦੂ ਬੋਲਦੇ ਸਨ, ਅਤੇ ਜਿਹੜੇ ਸਿੰਧੀ ਸਨ ਉਹਨਾਂ ਦਾ ਇਸ਼ੂ ਇਹ ਸੀ, ਉਹ ਕਹਿੰਦੇ ਤੁਸੀਂ, ਤੁਹਾਡੀ ਆਪਣੀ ਜ਼ੁਬਾਨ ਹੈ, ਤੁਸੀਂ ਆਪਣੀ ਜ਼ੁਬਾਨ ਕਿਉਂ ਨਹੀਂ ਬੋਲਦੇ? ਨਾਲ ਕੁਝ ਹੋਰ ਵੀ ਮਸਲੇ ਸਨ ਕਿ ਪੰਜਾਬੀ ਉੱਥੇ ਆਬਾਦਕਾਰ ਸਨ, ਬਾਹਰੋਂ ਆਏ ਸਨ, ਲਿਹਾਜ਼ਾ ਟਾਰਗੇਟ ਹੋਏ ਸਨ। ਅਤੇ ਉਹ ਵਾਕਿਆ ਸੀ ਜਿਹਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਕੋਈ 50 ਸਾਲ ਹੋ ਗਏ ਨੇ ਇਸ ਗੱਲ ਨੂੰ, ਮੈਂ ਟਾਰਗੇਟ ਸਾਂ, ਜਾਨ ਬਚ ਗਈ ਮੇਰੀ, ਅਤੇ ਬਚਾਉਣ ਵਾਲੇ ਵੀ ਸਿੰਧੀ ਲੜਕੇ ਸਨ, ਮੇਰੇ ਸਕੂਲ ਦੇ ਹੀ ਸਨ, ਮੈਨੂੰ ਸਿੰਧੀ ਸਿਰ 'ਤੇ ਸਿੰਧੀ ਟੋਪੀ ਰੱਖੀ, ਸਿੰਧੀ ਅਜਰਕ ਮੇਰੇ ਉੱਤੇ ਮੇਰੇ ਮੋਢਿਆਂ 'ਤੇ ਰੱਖੀ, ਅਤੇ ਇੱਕ ਸਿੰਧੀ ਮੁੰਡਾ ਮੈਨੂੰ ਕਹਿਣ ਲੱਗਾ ਕਿ ਇਹ ਤੂੰ ਪਾ ਲੈ, ਇਸ ਤਰ੍ਹਾਂ ਨਾ ਹੋਵੇ ਅਤੇ ਤੈਨੂੰ ਕੋਈ ਪੰਜਾਬੀ ਸਮਝ ਕੇ ਮਾਰ ਹੀ ਛੱਡੇ। ਠੀਕ ਹੈ, ਅੱਗੇ ਆਪਣੀ ਗਲੀ 'ਚ ਆਇਆ ਜਿੱਥੇ ਬਦੀਨ 'ਚ ਰਹਿੰਦੇ ਸਨ, ਉੱਥੇ ਦੇਖਿਆ ਮੈਂ ਸਿੰਧੀ ਔਰਤਾਂ ਸਾਡੇ ਘਰ ਦੇ ਬੂਹੇ ਅੱਗੇ, ਉਸ ਗਲੀ 'ਚ 3-4 ਹੀ ਪੰਜਾਬੀ ਘਰ ਸਨ, ਸਿੰਧੀ ਔਰਤਾਂ ਸਾਡੇ ਘਰ ਦੇ ਬੂਹੇ ਅੱਗੇ
ਧਰਨਾ ਦੇ ਕੇ ਬੈਠੀਆਂ ਸਨ। ਸਾਰੇ ਸ਼ਹਿਰ 'ਚ ਫਸਾਦ ਹੋ ਰਿਹਾ ਸੀ, ਜਲੂਸ ਨਿਕਲ ਰਹੇ ਸਨ, ਪੂਰੇ ਸਿੰਧ ਜਲੂਸ ਨਿਕਲ ਰਹੇ ਸਨ, ਜਾਮਸ਼ੋਰੋ ਸਿੰਧ ਯੂਨੀਵਰਸਿਟੀ 'ਚ ਹਰ ਪਾਸੇ ਪੂਰੇ ਸਿੰਧ 'ਚ, ਕਰਾਚੀ ਸਿੰਧ ਗ੍ਰਿਫਤਾਰੀਆਂ ਹੋ ਰਹੀ ਸਨ, ਅਨਰੈਸਟ ਸੀ, ਲੋਅ ਐਂਡ ਆਰਡਰ ਦੀ ਸਿਚੁਏਸ਼ਨ ਸੀ। ਬੜਾ ਠੀਕ ਠਾਕ ਮਤਲਬ ਭੁੱਟੋ ਸਾਹਿਬ ਪ੍ਰਾਈਮ ਮਿਨਿਸਟਰ ਸਨ ਅਤੇ ਮੁਮਤਾਜ਼ ਭੁੱਟੋ ਸਾਹਿਬ ਸਿੰਧ, ਇਹਨਾਂ ਨੇ ਸਿੰਧ ਅਸੈਂਬਲੀ 'ਚ ਬਿੱਲ ਪੇਸ਼ ਕੀਤਾ ਸੀ ਇਹਨਾਂ ਨੂੰ, ਉਸੇ ਦੀ ਵਜ੍ਹਾ ਤੋਂ ਕਿ ਸਿੰਧ ਦੀ ਸਰਕਾਰੀ ਅਤੇ ਜ਼ੁਬਾਨ ਬਣਾਓ ਸਿੰਧੀ ਨੂੰ, ਜਿਸ ਦੀ ਵਜ੍ਹਾ 'ਤੇ ਇਹਨੂੰ ਬਹਾਦੁਰ ਆਦਮੀ ਸਿੰਧ ਦਾ ਡੈ ਸਰ ਦਾ ਖਿਤਾਬ ਦਿੱਤਾ ਗਿਆ। ਇਹ ਉਸ ਵੇਲੇ ਅਸੀਂ ਟਾਰਗੇਟ ਬਣਾ, ਉਸ ਵੇਲੇ ਜਿਹੜਾ ਮੇਰਾ ਇਸ ਕਿ ਮੈਂ ਕੌਣ ਹੈਗਾ, ਕਿ ਇਹ ਜਿਹੜੇ ਲੋਕ ਮੈਨੂੰ ਉਰਦੂ ਵਾਲਾ ਕਹਿ ਕੇ ਮਾਰ ਰਹੇ ਨੇ, ਮੈਂ ਕੌਣ ਹੈਗਾ, ਉੱਥੋਂ ਮੇਰੀ ਜੁੜਤ ਬਣੀ। ਅਤੇ ਫਿਰ ਅੱਗੇ ਗੱਲ ਚੱਲਦੀ ਗਈ, ਸਿੰਧ 'ਚ ਰਹਿੰਦੇ ਸਾਂ, ਸਾਈ ਜੀ ਐੱਮ ਸੀ ਏ ਦੇ ਜਲਸੇ ਅਸੀਂ ਬਦੀਨ ਦੇ ਰੇਲਵੇ ਸਟੇਸ਼ਨ ਦੇ ਗਰਾਊਂਡ ਸੁਣਦੇ ਸਾਂ, ਸਾਰੇ ਕੌਮ ਪ੍ਰਸਤਾਂ ਨਾਲ, ਜੀ ਐੱਸ ਐੱਮ ਦੇ ਨਾਲ ਲਾਉਣ ਵਾਲਾ ਮੈਂ ਸਾਂ ਆਪਣੇ ਕਾਲਜ ਵਿੱਚ, ਇਹ ਮੈਨੂੰ ਪਤਾ। ਅਤੇ ਉਹਦੀ ਵਜ੍ਹਾ ਤੋਂ ਮੈਂ ਪੰਜਾਬੀ ਮੁੰਡੇ ਕੋਲੋਂ ਅਤੇ ਮਹਾਜਰ ਮੁੰਡੇ ਕੋਲੋਂ ਕੁੱਟ ਵੀ ਚੰਗੀ ਭਲੀ ਖਾਧੀ ਸੀ ਬਦੀਨ ਕਾਲਜ 'ਚ। ਖੈਰ, ਇਹ ਤਾਂ ਮੇਰੇ ਬੈਕਗਰਾਊਂਡ ਦਾ ਜ਼ਿਕਰ ਹੋ ਗਿਆ। ਉਸ ਤੋਂ ਅੱਗੇ ਫਿਰ ਜਦੋਂ ਮੈਂ ਕਰਾਚੀ ਆ ਗਿਆ ਅਤੇ ਇੱਥੇ ਅੱਗੇ ਮੇਰੀ ਮੁੰਤਜ਼ਰ ਸੀ ਕੌਣ, ਐੱਮ ਕੇ ਐੱਮ ਅਲਤਾਫ ਭਾਈ। ਇੱਥੇ ਵੀ ਪੰਜਾਬੀਆਂ ਨਾਲ ਉਹੀ ਤਮਾਸ਼ਾ ਹੋ ਰਿਹਾ ਸੀ, ਪੰਜਾਬੀਆਂ ਦਾ ਕਤਲੇਆਮ ਹੋ ਰਿਹਾ ਸੀ, ਪੰਜਾਬੀ ਆਪਣੇ ਕਾਰੋਬਾਰ ਬਿਜ਼ਨਸ ਸਮੇਟ ਰਹੇ ਸਨ, ਪੰਜਾਬੀ ਪਖਤੂਨ ਇਤਿਹਾਦ ਐਕਟਿਵ ਸੀ, ਪੰਜਾਬੀ ਪਖਤੂਨ ਦੋਨਾਂ ਦੇ ਟਾਰਗੇਟ ਸਨ। ਇਹ ਜਦੋਂ ਪੰਜਾਬੀ ਪਖਤੂਨ ਇਤਿਹਾਦ ਮੁੱਕ ਗਿਆ, ਖਤਮ ਹੋ ਗਿਆ ਕਰਾਚੀ ਵਿੱਚ, ਉਸ ਵੇਲੇ ਪੰਜਾਬੀਆਂ ਦੀ ਆਵਾਜ਼ ਕੋਈ ਨਹੀਂ ਸੀ। ਮੈਂ ਪਹਿਲਾ ਬੰਦਾ ਸਾਂ ਜਿਹਨੇ ਕਰਾਚੀ ਵਿੱਚ ਪੂਰੇ ਪਾਕਿਸਤਾਨ ਬੇਸ ਕਰਕੇ ਪੰਜਾਬੀ ਲੋਕ ਸੇਵਾ ਪਾਕਿਸਤਾਨ ਦੀ ਪਹਿਲੀ ਕੌਮਪ੍ਰੈਸ ਪੰਜਾਬੀ ਪਾਰਟੀ ਦੀ ਬੁਨਿਆਦ ਰੱਖੀ ਸੀ 90s ਦੇ ਵਿੱਚ। ਓਪਨਲੀ ਅਸੀਂ ਕਨਫਰੰਟ ਕੀਤਾ ਐੱਮ ਕੇ ਐੱਮ ਨੂੰ। ਉਸੇ ਜ਼ਮਾਨੇ 'ਚ ਮੇਰੀ ਕਿਤਾਬ ਆਈ, ਆਓ ਪੰਜਾਬੀ ਕੋ ਕਤਲ ਕਰੇ। ਉਸੇ ਜ਼ਮਾਨੇ 'ਚ 90s 'ਚ ਮੈਂ ਪਹਿਲੀ ਵਾਰੀ ਨਵਾਏ ਵਕਤ 'ਚ ਕੋਲਮ ਲਿਖ ਕੇ ਇਹ ਜਿਹੜਾ ਸਰਾਇਕੀ ਦਾ ਝੂਠ ਪੰਜਾਬ ਦੇ ਨਾਂ ਬੋਲਿਆ ਜਾ ਰਿਹਾ, ਇਹਨੂੰ ਐਕਸਪੋਜ਼ ਕੀਤਾ, ਇਹਦਾ ਪਰਦਾ ਮੈਂ ਪਾੜਿਆ। ਇਹ ਉਹ ਵੇਲਾ ਸੀ ਜਦੋਂ ਮੈਂ ਕਦੀ ਸਰਗੋਧੇ ਅਗਰ ਮੈਂ ਲਾਹੌਰ ਜਾਂਦਾ ਸਾਂ ਅਤੇ ਅਬਦੁੱਲਾ ਮਲਿਕ ਜੇ ਬੰਦੇ ਮੈਨੂੰ ਕਹਿੰਦੇ ਸਨ ਕਿ ਤੂੰ ਸਰਾਇਕੀ ਹੈ, ਮੈਂ ਕਿਹਾ ਤੁਹਾਨੂੰ ਕੀ ਹੋਇਆ, ਮੈਂ ਸਰਗੋਧੇ ਹੋਇਆ, ਮੈਂ ਪੰਜਾਬੀ ਹਾਂ, ਤੁਸੀਂ ਮੈਨੂੰ ਕਿਉਂ ਲੇਬਲ। ਇਹ ਸਾਰਾ ਲੈਫਟ ਜਿਹੜਾ ਸੀ ਉਦੋਂ, ਪੂਰਾ ਡੌਨ ਅਖਬਾਰ, ਪੂਰਾ ਲਾਹੌਰ ਦਾ ਲੈਫਟ, ਪੂਰਾ ਪਾਕਿਸਤਾਨ ਦਾ ਲੈਫਟ ਸਰਾਇਕੀ ਦਾ ਝੰਡਾ ਚੁੱਕ ਕੇ ਪੰਜਾਬ ਦੇ ਉੱਤੇ ਧਾਵਾ ਬੋਲਿਆ ਸੀ ਇਹਨਾਂ ਨੇ। ਸਰਾਇਕੀ ਕੋਈ ਨਹੀਂ ਹੈਗੇ ਤੁਹਾਡੇ? ਨਹੀਂ ਨਹੀਂ, ਸਰਾਇਕੀ ਨਾ ਕੋਈ ਜ਼ੁਬਾਨ ਹੈ, ਨਾ ਕੋਈ ਕੌਮੀਅਤ, ਨਾ ਹੈ। ਅੱਛਾ, ਗੱਲ ਇਹ ਵੇ ਕਿ ਮੈਂ ਗੱਲ ਇਹ ਵੇ ਕਿ ਤੁਹਾਡੀ ਰਾਏ ਦਾ ਮੈਂ ਇਹਤਰਾਮ ਕਰਦਾ ਅਤੇ ਮੈਨੂੰ ਤੁਸੀਂ ਮੇਰੀ ਗੱਲ ਵੀ ਕਰਨ ਦਾ ਹੱਕ ਦਿਓ। ਐਬਸੋਲੂਟਲੀ, ਮੈਂ ਇੱਥੇ ਹੀ ਪੁੱਛਣਾ ਚਾਹੁੰਦਾ, ਜਾਣਨਾ ਚਾਹੁੰਦਾ। ਹਾਂਜੀ, ਗੱਲ ਇਹ ਵੇ 1960 ਤੋਂ ਪਹਿਲੇ ਮੁਲਤਾਨੀ, ਰਿਆਸਤੀ ਅਤੇ ਡੇਰਵੀ, ਡੇਰਾ ਵਾਲੀ, ਇਹ ਲਹਿਜੇ ਸਨ ਪੰਜਾਬੀ ਜ਼ੁਬਾਨ ਦੇ। ਅਚਾਨਕ ਰਾਤੋ ਰਾਤ ਕੀ ਹੋਇਆ ਕਿ ਇਹ ਆਪਣਾ ਸਰਾਇਕੀ ਜ਼ੁਬਾਨ ਸਾਹਮਣੇ ਆ ਗਈ। ਲੰਮੀ ਕਹਾਣੀ ਹੈ, ਇਹਦੇ ਪਿੱਛੇ ਕੁਦਰਤੁੱਲਾ ਸ਼ਹਾਬ ਸੀ, ਕੁਝ ਹੋਰ ਲੋਕ ਸਨ, ਬੜੀ ਗਹਿਰੀ ਸਾਜ਼ਿਸ਼ ਸੀ। ਇਹ ਕੁਦਰਤੁੱਲਾ ਸ਼ਹਾਬ ਉਹ ਬੰਦਾ ਸੀ ਅਯੂਬ ਖਾਨ ਦਾ, ਜਿਹਨੇ ਪੰਜਾਬ ਦੇ 3 ਦਰਿਆ ਵਿਕਵਾਏ, ਠੀਕ ਹੈ। 1960 'ਚ 1962 'ਚ ਪਹਿਲੀ ਇੰਟਰਨੈਸ਼ਨਲ ਸਰਾਇਕੀ ਕਾਨਫਰੰਸ ਮੁਲਤਾਨ 'ਚ ਹੋਈ, ਜਿਹੜੀ ਸਾਈਂ ਰਸੂਲ ਬਖਸ਼ ਪਲੀਜੋ ਨੇ ਉਲਟ ਦਿੱਤੀ ਕੌਮਪ੍ਰੈਸ, ਸਿੰਧੀ ਕੌਮਪ੍ਰੈਸ ਨੇ। ਉਹਦੀ ਵਜ੍ਹਾ ਸੀ, ਤੁਸੀਂ ਪੁੱਛੋਗੇ ਵਜ੍ਹਾ ਕੀ ਸੀ, ਵਜ੍ਹਾ ਇਹ ਸੀ ਕਿ ਜਿਹੜਾ ਪਹਿਲਾ ਸਰਾਇਕਿਸਤਾਨ ਦਾ ਨਕਸ਼ਾ ਬਣਿਆ ਸੀ ਉਹਦੇ ਵਿੱਚ ਅੱਧਾ ਸਿੰਧ ਸੀ, ਕਿਉਂਕਿ ਅੱਧੇ ਸਿੰਧ 'ਚ ਸਰਾਇਕੀ ਬੋਲੀ ਜਾਂਦੀ ਹੈ। ਉਹ ਰਸੂਲ ਬਖਸ਼ ਪਲੀਜੋ ਅਤੇ ਜਿਹੜੇ ਸਿੰਧੀ ਉੱਥੇ ਇੰਟਲੈਕਚੁਅਲ ਅਤੇ ਦਾਨਿਸ਼ਵਰ ਬੈਠੇ ਸਨ, ਜਦੋਂ ਉਹਨਾਂ ਨੇ ਨਕਸ਼ਾ ਦੇਖਿਆ ਅਤੇ ਉਹਨਾਂ ਨੇ ਰਸੂਲ ਬਖਸ਼ ਪਲੀਜੋ ਖੜ੍ਹੇ ਹੋ ਗਏ, ਉਹਨੇ ਨਾਰਾ ਮਾਰਿਆ, ਪਹਿਲੀ ਵਾਰੀ ਮੁਲਤਾਨ 'ਚ ਇਹ ਨਾਰਾ ਮਾਰਿਆ। ਹੋਸ਼ੋ ਸ਼ੀਦੀ, ਜਨਰਲ ਸ਼ੀਦੀ ਦਾ ਨਾਰਾ ਸੀ, ਜਿਹਨੇ ਆਖਿਆ ਸੀ ਮਰਸੂ ਮਰਸੂ ਸਿੰਧ ਨਾ ਡੇਸੂ। ਇਹ ਹੀ ਨਾਰਾ ਉੱਥੇ ਮਾਰਿਆ ਰਸੂਲ ਬਖਸ਼ ਪਲੀਜੋ ਸਾਹਿਬ ਨੇ। ਬੜਾ ਸਿਆਣਾ, ਪੜ੍ਹਿਆ ਲਿਖਿਆ, ਬੜਾ ਵੱਡਾ ਇੰਟਲੈਕਚੁਅਲ, ਕੌਮਪ੍ਰਸਤ, ਬੜਾ ਹਾਈਲੀ ਐਜੂਕੇਟਡ ਦਾਨਿਸ਼ਵਰ ਸਿੰਧੀ ਕੌਮਪ੍ਰਸ ਸੀ। ਪੰਜਾਬ ਅਤੇ ਸਿੰਧ ਨੂੰ ਲਿਆਉਣ ਵਾਸਤੇ ਵੀ ਉਹਨੇ ਬੜਾ ਨੇੜੇ ਲਿਆਉਣ ਵਾਸਤੇ ਕੰਮ ਕੀਤਾ, ਐਂਡ ਹੀ ਸਟੁੱਡ ਫਾਰ ਦ ਰਾਈਟਸ ਆਫ ਸਿੰਧ। ਉਹਨੇ ਉੱਥੇ ਨਾਰਾ ਮਾਰ ਕੇ ਇਹ ਸਰਾਇਕੀ ਕਾਨਫਰੰਸ ਉਲਟ ਦਿੱਤੀ, ਮਰਸੂ ਮਰਸੂ ਸਿੰਧ ਨਾ ਡੇਸੂ, ਸਰਾਇਕੀ ਕਾਨਫਰੰਸ ਉਲਟ ਦਿੱਤੀ। ਉਸ ਤੋਂ ਬਾਅਦ ਇਹਨਾਂ ਸਰਾਇਕੀਆਂ ਨੇ ਆਪਣਾ ਜਿਹੜਾ ਰੁੱਖ ਹੈ ਮੁਬਾਰਕ ਇਹ ਪੰਜਾਬ ਵੱਲ ਕਰ ਲਿਆ, ਕਿਉਂਕਿ ਪੰਜਾਬ 'ਚ ਅੱਗੇ ਬੋਲਦਾ ਕੋਈ ਨਹੀਂ ਹੈਗਾ, ਇਹ ਪੰਜਾਬ ਗਾਂ ਹੈਗਾ, ਲਿਹਾਜ਼ਾ ਇਹ ਮਾਰ ਧਾੜ ਕਰਦੇ। ਰੋਜ਼ ਮੈਂ ਦੇਖਦਾ ਸਾਂ, ਮੈਂ ਮੁਲਤਾਨ ਗਿਆ ਸਾਂ ਕੋਈ ਤਕਰੀਬਨ 30-35 ਸਾਲ ਪਹਿਲੇ, ਇੱਕ ਜਗ੍ਹਾ 'ਤੇ ਮੈਨੇ ਉਹ ਇੱਕ ਪੰਫਲੈਟ ਮਿਲ ਗਿਆ, ਇਹ ਰੋਜ਼ ਕਹਿੰਦੇ ਉਹਦੇ ਲਿਖਿਆ ਸੀ ਕਿ ਇਹ ਜਿਹੜੀਆਂ ਸਰਾਇਕਿਸਤਾਨ ਦੀਆਂ ਸਰਹੱਦਾਂ ਨੇ ਇਹ ਲਾਹੌਰ ਯੂਨੀਵਰਸਿਟੀ ਤੱਕ ਨੇ, ਅਤੇ ਪੰਜਾਬ ਜਿਹੜਾ ਇਹ ਵਾਹਗਾ ਪਾਰ ਹੈਗਾ, ਵਾਹਗਾ ਪਾਰ ਹੈਗਾ, ਅਤੇ ਜਿਹੜੇ ਪੰਜਾਬੀ ਮੁਸਲਮਾਨ ਨੇ ਰਣਜੀਤ ਸਿੰਘ ਅਤੇ ਸਿੱਖਾਂ ਦੀ ਹਰਾਮੀ ਔਲਾਦ ਨੇ। ਇਹ ਉਸ ਪੰਫਲੈਟ ਵਿੱਚ ਲਿਖਿਆ ਸੀ।
ਅੱਛਾ ਹਰਾਮੀ ਔਲਾਦ ਤਾਂ ਖੈਰ ਕੋਈ ਨਹੀਂ ਹੁੰਦੇ, ਕੋਈ ਨਹੀਂ ਹੁੰਦੇ, ਅਸੀਂ ਸਾਰੇ ਉਹਨਾਂ ਦੀ ਔਲਾਦ ਹੈਗੇ ਹਾਂ, ਲੇਕਿਨ ਇਹਨੂੰ ਮੰਨ ਲਈਏ, ਲੇਕਿਨ ਬਲ ਗਈ ਨਫ਼ਰਤ ਦੀ, ਨਫ਼ਰਤ ਹੋ ਚੁੱਕੀ ਹੱਦ ਸੀ, ਫਿਰ ਲਾਹੌਰ ਨੂੰ ਗਾਲ ਕੱਢੀ ਜਾ ਰਹੀ ਸੀ। ਮੈਂ ਚਲੋ ਇਹ ਜਿਹੜਾ ਸਰਾਇਕੀ ਪੰਜਾਬੀ ਜਿਹੜਾ ਮਸਲਾ ਇਹਦੇ ਤੇ ਮੈਂ ਗੱਲ ਕਰਾਂਗਾ ਕਿਸੇ ਹੋਰ ਦਿਨ ਤੁਹਾਡੇ, ਓਕੇ ਠੀਕ। ਔਰ ਮੈਂ ਉਸ ਦਿਨ ਨਜ਼ੀਰ ਕੋਟ ਭਾਈ ਸ਼ਹਿਦਾਦ ਇਰਫਾਨ ਨੂੰ ਜਾਂ ਕਿਸੇ ਨੂੰ ਸੱਜਣ ਨੂੰ ਨਾ ਲੈ ਕੇ ਆਵਾਂਗਾ ਸਕਾਈਪ ਦੇ ਉੱਤੇ, ਤੁਸੀਂ ਸਟੂਡੀਓ 'ਚ ਹੋਵੋਗੇ। ਅਸੀਂ ਇਹ ਗੱਲਬਾਤ ਇਸ ਵਜ੍ਹਾ ਨਾਲ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਹ ਡਿਬੇਟ ਨੂੰ ਅੱਗੇ ਲੈ ਕੇ ਤੁਰੀਏ। ਅੱਜ ਮੈਂ ਜਿਹੜੀ ਫੋਕਸ ਕਰ ਰਿਹਾ ਤੁਹਾਡੇ ਨਾਲ ਗੱਲ, ਉਹ ਤੁਹਾਡੀ ਮੂਵਮੈਂਟ ਹੈਗੀ ਹੈ। ਹਾਂਜੀ, ਤੁਹਾਡੇ ਕੋਲ ਅਸੀਂ ਹਿਸਟਰੀ ਦੇ ਐਵੇਂ ਥੋੜ੍ਹੇ ਜਿਹੇ ਗਲਿਮਸਿਸ ਜਿਹੜੀ ਤੁਹਾਡੀ ਆਪਣਾ ਜਰਨੀ ਹੈਗਾ, ਇਸ ਵਜ੍ਹਾ ਨਾਲ ਜਾਣੇ ਜੀ ਜੀ ਕਿ ਸਾਡੇ ਜਿਹੜੇ ਦਰਸ਼ਕ ਨੇ, ਜਿਹੜੇ ਸਾਡੇ ਵਿਊਰਸ ਨੇ, ਕੁਝ ਨੂੰ ਤੁਹਾਡਾ ਪਤਾ, ਜਿਹਨਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਪਤਾ ਚੱਲੇ ਕਿ ਤੁਹਾਡਾ ਜਰਨੀ ਕੀ ਹੈਗਾ। ਔਰ ਇਹ ਗੱਲਾਂ ਬਾਤਾਂ ਅਸੀਂ ਕਰਦੇ ਰਹਾਂਗੇ, ਸ਼ਾਇਦ ਤੁਸੀਂ ਟੈਕ ਟੀਵੀ 'ਤੇ ਕੋਈ ਸ਼ੋਅ ਵੀ ਆਪਣਾ ਸ਼ੁਰੂ ਕਰੋਗੇ ਯਕੀਨੀ ਤੌਰ ਦੇ ਉੱਤੇ, ਉਹਦੇ 'ਚ ਤੁਸੀਂ ਆਪ ਵੀ ਗੱਲਾਂ ਬਾਤਾਂ ਕਰੋਗੇ, ਔਰ ਮੈਂ ਤੁਹਾਨੂੰ ਖੁਦ ਵੀ ਆਪਣੇ ਸ਼ੋਅ 'ਚ ਟਾਈਮ ਟੂ ਟਾਈਮ ਲੈ ਕੇ ਆਵਾਂਗਾ। ਜਦੋਂ ਮੈਂ ਤੁਹਾਨੂੰ ਲੈ ਕੇ ਆਵਾਂਗਾ ਤਾਂ ਮੈਂ ਹੁਣ ਅੱਜ ਦੀ ਇਹ ਥੋੜ੍ਹੀ ਗੱਲਬਾਤ ਤੋਂ ਬਾਅਦ ਸਮਝਿਆ ਕਿ ਮੈਂ ਕੁਝ ਹੋਰ ਸੱਜਣਾਂ ਨੂੰ, MQM ਵਾਲਿਆਂ ਨੂੰ ਵੀ ਨਾਲ ਜੋੜਾਂ ਤੁਹਾਡੇ ਨਾਲ, ਔਰ ਸਰਾਇਕੀ ਵਾਲਿਆਂ ਨੂੰ ਵੀ, ਤਾਂ ਕਿ ਜਿਹੜੇ ਪੁਰਾਣੇ ਜਿਹੜੇ ਪੋਲੀਟੀਕਲ ਜਿਹਨੂੰ ਕਹਿੰਦੇ ਨਾ ਮੁਬਾਲਗੇ ਨੇ, ਔਰ ਕਿਧਰੇ ਕਿਧਰੇ ਮੁਹਾਂਦਰੇ ਨੇ, ਯਾਨੀ ਸਿਮੀਲੈਰਿਟੀਜ਼ ਕਿਧਰੇ ਕਿਧਰੇ ਜਿਹੜੀਆਂ ਹੈਗੀਆਂ, ਇਹਨਾਂ ਨੂੰ ਅਸੀਂ ਹੁਣ ਨਾ ਵਿਹਲਾ ਆ ਗਿਆ ਸਾਊਥ ਏਸ਼ੀਆ ਦੇ ਜਿਹੜੇ ਲੋਕ ਆ ਡਿਸਕਸ ਕਰੀਏ। ਹਾਂਜੀ, ਅਸੀਂ ਬਤੇਰਾ ਅੰਡਰ ਦਾ ਕਾਰਪਟ ਚੀਜ਼ਾਂ ਨੂੰ ਰੱਖ ਲੈਤਾ, ਬਿਲਕੁਲ ਬਿਲਕੁਲ ਇੱਦਾਂ ਹੀ ਖੁੱਲ੍ਹ ਕੇ ਨਤਾਰਾ ਕਰੀਏ ਚੀਜ਼ਾਂ ਦਾ, ਤਾਂ ਕਿ ਅੱਗੇ ਤੁਰੀਏ। ਹੁਣ ਅੱਗੇ ਤੁਰਦਿਆਂ ਹੋਇਆਂ, ਹਾਂਜੀ, ਤੁਸੀਂ ਆਪਣੀ ਜਿਹੜੀ ਇਹ ਔਰਗਨਾਈਜੇਸ਼ਨ ਹੈ, ਤੁਸੀਂ ਤਾਂ ਇੱਕ ਲੇਖਕ ਵੀ ਜੇ, ਔਰ ਪੋਲੀਟੀਕਲ ਐਕਟਿਵਿਸਟ ਜੇ, ਔਰ ਪੋਲੀਟੀਸ਼ੀਅਨ ਵੀ ਜੇ, ਜੀ ਜੀ, ਲੇਕਿਨ ਹੁਣ ਜਿਹੜੀ ਤੁਹਾਡੀ ਇਸ ਵੇਲੇ ਜ਼ਿਆਦਾ ਜਿਹੜੀ ਜਿਹੜੀ ਮੂਵਮੈਂਟ ਦੇ ਉੱਤੇ ਜ਼ੋਰ ਹੈਗਾ ਪੰਜਾਬੀ ਲੈਂਗੁਏਜ, ਪੰਜਾਬੀ ਲੈਂਗੁਏਜ, ਹਾਂਜੀ, ਔਰ ਕਲਚਰ, ਜੀ ਬਿਲਕੁਲ ਬਿਲਕੁਲ, ਉਹਦੇ ਉੱਤੇ, ਔਰ ਤੁਸੀਂ 2020 ਨੂੰ, ਹਾਂਜੀ, ਪੰਜਾਬੀ ਲੈਂਗੁਏਜ ਔਰ ਕਲਚਰ ਦਾ ਸਾਲ ਕਿਹਾ ਹੈ। ਮੈਨੂੰ ਬੜਾ ਵੈਸੇ ਇੱਥੋਂ ਇੱਕ ਨਾ ਇੱਕ ਕਲਿੱਕ ਹੋ ਰਹੀ ਗੱਲ ਕਿ 2020 ਨੂੰ ਉਹ ਰੈਫਰੈਂਡਮ ਦਾ ਵੀ ਖਾਲਿਸਤਾਨੀਆਂ ਨੇ ਕਿਹਾ ਹੈ। ਓਕੇ, ਤੁਸੀਂ ਲੱਗਦਾ ਹੈ ਕਿ ਇੱਕ ਤਰ੍ਹਾਂ ਦੇ ਨਾ ਉਹਨਾਂ ਨੂੰ ਪਿਆਰ ਦਾ ਮੈਸੇਜ ਦੇ ਰਿਹਾ ਜੇ ਕਿ ਵੰਡ ਦੀ ਤਰਫ ਹੋਰ ਨਾ ਜਾਓ, ਹਾਂਜੀ, ਤੁਸੀਂ ਉਹਨਾਂ ਨੂੰ ਇਹ ਮੈਸੇਜ ਦੇ ਰਿਹਾ ਜੇ ਕਿ 2020 ਕਿਉਂ ਨਾ ਆਪਾਂ ਪੰਜਾਬੀ ਲੈਂਗੁਏਜ ਤੇ ਕਲਚਰ ਦਾ, ਕਲਚਰ ਦਾ ਇੱਕ ਪਿਆਰ ਦਾ ਮੈਸੇਜ ਦੇ ਰਿਹਾ ਜੀ ਜੀ ਜੀ, ਵੰਡ ਦੀ ਬਜਾਏ ਪਿਆਰ ਦੀ ਤਰਫ ਚੱਲੀ। ਬਿਲਕੁਲ, ਕਿਆ ਇਹ ਵੀ ਕੋਈ ਲਿੰਕ ਬਣਦਾ ਜਾਂ ਇਤਫਾਕਨ ਹੋ ਗਿਆ? ਇਤਫਾਕਨ ਹੋ ਗਿਆ। ਮੈਂ ਤੁਸੀਂ ਬੜੀ ਸੋਹਣੀ ਗੱਲ ਕੀਤੀ, ਮੈਂ ਦੋਨਾਂ ਚੀਜ਼ਾਂ ਦਾ ਨਿਤਾਰਾ ਕਰ ਦਿੰਦਾ। ਇੱਕ ਤਾਂ ਪਹਿਲੇ ਮੈਂ ਗੱਲ 2020 ਦੀ ਕਰ ਲਾਂ, ਠੀਕ ਹੈ, ਕਿ 2020 ਨੂੰ ਜਿਹੜਾ ਅਸੀਂ ਡਿਕਲੇਅਰ ਕੀਤਾ ਪੰਜਾਬੀ ਲੈਂਗੁਏਜ ਮੂਵਮੈਂਟ ਅਤੇ ਪੰਜਾਬ ਬਚਾਓ ਤਹਿਰੀਕ ਦੇ ਪਲੇਟਫਾਰਮ ਤੋਂ ਅਸਾਂ ਡਿਕਲੇਅਰ ਕੀਤਾ ਕਿ 2020 ਜਿਹੜਾ ਹੈਗਾ ਅਸੀਂ ਇਹਨੂੰ ਮਨਾਉਣਾ ਹੈ ਪੰਜਾਬੀ ਜ਼ੁਬਾਨ, ਪੰਜਾਬ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਕਲਚਰ ਦੇ ਸਾਲ ਦੇ ਤੌਰ 'ਤੇ। ਮਤਲਬ 2020 ਇਜ਼ ਦਾ ਈਅਰ ਆਫ ਪੰਜਾਬੀ ਲੈਂਗ, ਪੰਜਾਬ ਪੰਜਾਬੀ ਲੈਂਗੁਏਜ ਐਂਡ ਪੰਜਾਬੀ ਕਲਚਰ। ਉਹਦੇ ਤਿੰਨ ਚਾਰ ਵਜ੍ਹਾ ਨੇ। ਇੱਕ ਤਾਂ ਇਹ ਹੈ ਕਿ ਜਿਹੜੀ ਮੈਂ ਤਹਿਰੀਕ ਸ਼ੁਰੂ ਕੀਤੀ ਪੰਜਾਬੀ ਲੈਂਗੁਏਜ ਮੂਵਮੈਂਟ 31 ਦਸੰਬਰ 2010 ਲਾਹੌਰ ਪ੍ਰੈਸ ਕਲੱਬ 'ਚ ਮੈਂ ਪ੍ਰੈਸ ਕਾਨਫਰੰਸ ਕਰਕੇ ਪਹਿਲੀ ਦਫ਼ਾ ਪੰਜਾਬ ਦੀ ਹਿਸਟਰੀ 'ਚ ਪੰਜਾਬੀ ਲੈਂਗੁਏਜ ਮੂਵਮੈਂਟ ਪੋਲੀਟੀਕਲੀ ਲਾਂਚ ਕੀਤੀ ਅਤੇ ਲਾਹੌਰ ਦੀਆਂ ਸੜਕਾਂ 'ਤੇ ਲਾਂਚ ਕੀਤੀ। ਠੀਕ ਹੋ ਗਿਆ। ਇਹਦਾ 9 ਸਾਲ ਪੂਰੇ ਹੋ ਗਏ ਨੇ ਅਤੇ ਇਹ ਜਿਹੜਾ 2020 ਹੈ ਇਹਦਾ ਦਹਾਕਾ ਪੂਰਾ ਹੋ ਰਿਹਾ ਪੰਜਾਬੀ ਜ਼ੁਬਾਨ ਤਹਿਰੀਕ ਦਾ, ਪੰਜਾਬੀ ਲੈਂਗੁਏਜ ਮੂਵਮੈਂਟ ਦਾ 10ਵਾਂ ਸਾਲ ਸ਼ੁਰੂ ਹੋ ਚੁੱਕਿਆ ਅਤੇ ਮੇਰੀ ਬੜੀ ਖਾਹਿਸ਼ ਹੈ ਕਿ ਇਸ 10ਵੇਂ ਸਾਲ 'ਚ ਪੰਜਾਬੀ ਜ਼ੁਬਾਨ ਦੇ ਹੱਕ 'ਚ ਪੰਜਾਬ 'ਚ ਫੈਸਲਾ ਹੋ ਜਾਣਾ ਚਾਹੀਦਾ। ਵੈਸੇ ਤਾਂ ਤਹਿਰੀਕ 60 ਸਾਲ ਪੁਰਾਣੀ, ਪੰਜਾਬੀ ਜ਼ੁਬਾਨ ਨੂੰ ਪੰਜਾਬ ਦੀ ਜ਼ੁਬਾਨ ਬਣਾਉਣ ਦੀ ਤਹਿਰੀਕ ਤਾਂ 60 ਸਾਲ ਪੁਰਾਣੀ ਹੈ, ਲੇਕਿਨ ਇਹ 10 ਸਾਲ ਮੇਰੀ ਜ਼ਿੰਦਗੀ ਦੇ ਜਿਹੜੇ ਲੱਗੇ ਨੇ, 30 ਸਾਲ ਤੋਂ ਮੈਂ ਇਸ ਮੂਵਮੈਂਟ ਨਾਲ ਅਟੈਚ ਹਾਂ, ਲੇਕਿਨ ਇਹ 10 ਸਾਲ ਜਿਹੜੀ ਮੈਂ ਮਿਹਨਤ ਕੀਤੀ ਹੈ ਹੋਰ ਵੀ ਬਹੁਤ ਲੋਕਾਂ ਨੇ ਕੀਤੀ ਹੈ, ਉਸ ਦਾ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਹਦਾ ਹੁਣ ਰਿਜ਼ਲਟ ਚਾਹੀਦਾ, ਐਂਡ ਰਿਜ਼ਲਟ ਚਾਹੀਦਾ। ਸੋ 2020 ਮੈਂ ਮੁਖਤਸਰ ਜਿਹਾ ਦੱਸ ਦਿਆਂ, 2020 'ਚ ਅਸੀਂ 2020 'ਚ ਅਸੀਂ ਦੋ ਤਿੰਨ ਕੰਮ ਕਰਨੇ ਨੇ। ਪਹਿਲੀ ਵਿਸਾਖ ਨੂੰ ਅਸੀਂ ਪੰਜਾਬੀ ਕਲਚਰ ਡੇ ਮਨਾਉਣਾ। ਪੰਜਾਬੀ ਕਲਚਰ ਡੇ ਪਹਿਲੀ ਵਿਸਾਖ ਨੂੰ ਅਸੀਂ ਅੱਜ ਤੋਂ 9 ਸਾਲ ਪਹਿਲੇ, 8.5 ਸਾਲ ਪਹਿਲੇ 2011-13 ਅਪ੍ਰੈਲ, ਪਹਿਲੀ ਵਿਸਾਖ 2011-13 ਅਪ੍ਰੈਲ ਨੂੰ ਪੰਜਾਬ ਦੀ ਹਿਸਟਰੀ 'ਚ ਤੁਸੀਂ ਤਾਰੀਖ ਚੁੱਕ ਕੇ ਦੇਖ ਲਓ, ਬਾਕਾਇਦਾ ਡਿਕਲੇਅਰਡ ਪੰਜਾਬੀ ਰੈਤਲ ਕਲਚਰ ਦਿਹਾੜ, ਪੰਜਾਬੀ ਟਰਬਨ ਕਲਚਰ ਡੇ, ਪੰਜਾਬੀ ਕਲਚਰ ਡੇ ਅਸੀਂ ਪਹਿਲੀ ਵਾਰੀ ਪੰਜਾਬ ਦੀ ਤਾਰੀਖ 'ਤੇ ਇਸ ਤੁਹਾਡੇ ਖਾਦਮ ਨੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਮਨਾਇਆ। ਯਾਨੀ ਪੰਜਾਬ ਤੋਂ ਮੁਰਾਦ ਇੱਕ ਜਿਹੜਾ ਇੱਧਰ ਦਾ ਪੰਜਾਬ ਹੈ, ਲਹਿੰਦਾ ਪੰਜਾਬ, ਇੱਧਰ ਦਾ ਪੰਜਾਬ, ਕਿਉਂਕਿ ਇੱਥੇ ਹੀ ਸਾਨੂੰ ਨਾ ਇਹ ਕੰਮ ਨਹੀਂ ਕਰਨੀ, ਤੌਫੀਕ ਹੁੰਦੀ, ਤੌਫੀਕ ਨਹੀਂ ਹੁੰਦੀ। ਅੱਛਾ,
ਇਹ ਇੱਕ ਤਾਂ ਇਹਦੇ ਇਹ ਜਿਹੜਾ ਜ਼ੁਬਾਨ ਦਾ ਮਸਲਾ ਹੈਗਾ, ਇੱਕ ਕਲਚਰ ਦਾ ਇਸ ਸਾਲ ਦੇ ਤੌਰ 'ਤੇ ਮਨਾਉਣਾ। ਦੂਜਾ ਇਹ ਹੈ ਕਿ ਪੰਜਾਬੀ ਜ਼ੁਬਾਨ ਦੀ ਤਹਿਰੀਕ ਨੂੰ, ਪੰਜਾਬੀ ਲੈਂਗੁਏਜ ਮੂਵਮੈਂਟ ਨੂੰ 2000 ਵਿੱਚ 10 ਸਾਲ ਪੂਰੇ ਹੋ ਜਾਣੇ 31 ਦਸੰਬਰ ਤੱਕ। ਮੇਰਾ ਮਿਸ਼ਨ ਇਹ ਹੈ, ਜ਼ਿੰਦਗੀ ਰਹੀ ਅੱਲਾ ਦੇ ਹੁਕਮ ਨਾਲ, ਅਤੇ ਇਨਸ਼ਾਅੱਲਾ ਸਾਡੀ ਕੋਸ਼ਿਸ਼ ਹੈ ਕਿ ਅਸੀਂ 2000 ਵਿੱਚ ਇਸ ਦਹਾਕੇ 'ਚ ਦੇ ਐਂਡ 'ਚ ਪੰਜਾਬੀ ਜ਼ੁਬਾਨ ਨੂੰ ਪੰਜਾਬ ਦੀ ਸਰਕਾਰੀ, ਤਾਲੀਮੀ, ਦਫਤਰੀ, ਅਦਾਲਤੀ ਅਤੇ ਪਾਰਲੀਮਾਨੀ ਜ਼ੁਬਾਨ ਬਣਾਉਣ ਦਾ ਮਿਸ਼ਨ ਮੁਕੰਮਲ ਕਰ ਲਈਏ, ਪੰਜਾਬ ਪੂਰੇ ਨੂੰ ਪੰਜਾਬੀਅਲਾਈਜ਼ਡ ਕਰ ਦਈਏ। ਹੋ ਜਾਏਗਾ, ਇਨਸ਼ਾਅੱਲਾ ਹੋਏਗਾ। ਇਹ ਮਤਲਬ ਇਹ ਤਾਂ ਬੜੀਆਂ ਕੋਸ਼ਿਸ਼ਾਂ ਰਹੀਆਂ, ਕੋਸ਼ਿਸ਼ਾਂ ਤਾਂ ਘੱਟ ਰਹੀਆਂ ਨੇ, ਰੌਲਾ ਜ਼ਿਆਦਾ ਰਿਹਾ। ਰੌਲਾ ਜੀ ਜੀ, ਕੋਸ਼ਿਸ਼ਾਂ ਨਹੀਂ ਹੋਈਆਂ, ਲੇਕਿਨ ਜਿਨ੍ਹਾਂ ਨੇ ਇਹਨੂੰ ਅਮਲੀ ਜਾਮਾ ਪਹਿਨਾਉਣਾ ਹੈ, ਜਿਨ੍ਹਾਂ ਨੇ ਇਸ ਨੂੰ ਆਪਣਾ ਤੋੜ ਚੜਾਉਣਾ ਹੈ, ਹਾਂਜੀ ਠੀਕ ਹੈ ਨਾ, ਉਹ ਜਿਹੜੀਆਂ ਹਕੂਮਤਾਂ ਨੇ, ਤੁਸੀਂ ਕਿਹਾ ਪੰਜਾਬ ਅਸੈਂਬਲੀ ਦਾ, ਪੰਜਾਬ ਅਸੈਂਬਲੀ 'ਚ ਅੱਜ ਤੱਕ ਪੰਜਾਬੀ ਬੋਲੀ ਨਹੀਂ ਜਾਂਦੀ ਹੈਗੀ। ਬਿਲਕੁਲ ਠੀਕ ਹੈ ਨਾ ਜੀ, ਹਾਂਜੀ। ਅੱਛਾ, ਉਹ ਕਿਸ ਤਰ੍ਹਾਂ ਇਹਨੂੰ ਬਣਾਵਣਗੇ? ਅੱਛਾ, ਜਿਹੜੀ ਜੁਡੀਸ਼ਰੀ ਹੈਗੀ ਹੈ ਪੰਜਾਬ ਦੀ, ਹਾਂਜੀ, ਉੱਥੇ ਤਾਂ ਉਰਦੂ ਤਾਂ ਦੂਰ ਦੀ ਗੱਲ ਹੈ, ਅਜੇ ਤੱਕ ਅੰਗਰੇਜ਼ੀ ਟੁਰੀ ਜਾ ਰਹੀ ਹੈਗੀ ਜੀ। ਬਿਲਕੁਲ, ਜਿਹੜੀ ਲੈਂਗੁਏਜ ਹੈਗੀ, ਬਿਲਕੁਲ, ਉਹ ਕਿਸ ਤਰ੍ਹਾਂ ਇੱਕਦਮ ਜੰਪ ਲਾ ਕੇ ਪੰਜਾਬੀ 'ਤੇ ਆਵਣਗੇ, ਇਹਦੀ ਪ੍ਰੈਕਟੀਕੈਲਿਟੀਜ਼ ਕੀ ਹੋਣਗੇ? ਇਹਦੇ ਮੈਂ ਅਰਜ਼ ਕਰਦਾ ਕਿ ਇਹ ਜਿਹੜੇ 2-3 ਚੀਜ਼ਾਂ ਨੇ, ਪੰਜਾਬੀ ਕਲਚਰ ਡੇ, ਪੰਜਾਬੀ ਲੈਂਗੁਏਜ ਦਾ ਜਿਹੜਾ ਅਸੀਂ ਸਾਲ ਇਹ ਮਨਾਉਣਾ, ਉਹਦੇ 'ਚ ਪੰਜਾਬੀ ਲੈਂਗੁਏਜ 'ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਅਸੈਂਬਲੀ ਕੋਲੋਂ ਪੰਜਾਬੀ ਲੈਂਗੁਏਜ ਐਕਟ ਮਨਜ਼ੂਰ ਕਰਵਾਈਏ, ਤੂੰ ਉਹਨੂੰ ਇਨਫੋਰਸ ਕਰਾਈਏ ਪੂਰੇ ਪੰਜਾਬ 'ਚ ਪੰਜਾਬੀ। ਦੂਜਾ, ਤੀਜਾ, ਇਸ ਪੰਜਾਬੀ ਲੈਂਗੁਏਜ ਦਾ ਜਿਹੜਾ ਸਾਲ ਹੈਗਾ, ਈਅਰ ਹੈਗਾ, ਇਹਦੇ ਵਿੱਚ ਅਸੀਂ ਇੱਕ ਦਿਨ, ਮੇਰਾ ਦਿਲ ਇਹ ਹੈ ਕਿ ਜਿਸ ਦਿਨ ਇਹ, ਤੁਸੀਂ ਵੀ ਜ਼ਰਾ, ਤੁਹਾਡੀ ਵੀ ਰਿਸਰਚ ਵਾਲਾ ਕੰਮ ਹੈ, ਮੈਂ ਚਾਹਾਂਗਾ ਤੁਸੀਂ ਕਿਸੇ ਸ਼ੋਅ 'ਚ ਇਸ ਬਾਰੇ ਵੱਖਰਾ ਇੱਕ ਸ਼ੋਅ ਰੱਖ ਕੇ ਜ਼ਰੂਰ ਗੱਲ ਕਰੋ ਕਿ ਜਿਸ ਦਿਨ ਪੰਜਾਬ ਵਿੱਚ ਅੰਗਰੇਜ਼ਾਂ ਨੇ ਪੰਜਾਬੀ ਦੇ ਲਾਹੌਰ ਸ਼ਹਿਰ 'ਚ ਕਾਇਦੇ ਸਾੜੇ, ਪੱਕੀ ਰੋਟੀ ਅਤੇ ਪੰਜਾਬੀ, ਪੰਜਾਬ ਦੀਆਂ ਮਦਰਸਿਆਂ 'ਚੋਂ ਫਾਰਸੀ ਸਕ੍ਰਿਪਟ 'ਚ, ਮਤਲਬ ਇਹ ਫਾਰਸੀ ਸਕ੍ਰਿਪਟ ਬੇਸਿਕਲੀ ਪੰਜਾਬੀ ਜਿਹੜੀ ਉਹ ਕੁਰਾਨੀ ਹਰਫਾਂ 'ਚ ਲਿਖੀ ਜਾਂਦੀ, ਮੈਂ ਉਹਨੂੰ ਕਹਿੰਦਾ ਕੁਰਾਨੀ ਹਰਫਾਂ 'ਚ ਲਿਖੀ ਜਾਂਦੀ, ਕਿਉਂ ਪੰਜਾਬੀਆਂ ਦੀ, ਮੁਸਲਮਾਨ ਪੰਜਾਬੀਆਂ ਦੀ ਜੁੜਤ ਹੈ ਅਰਬੀ ਦੇ ਨਾਲ, ਕੁਰਾਨ ਪਾਕ। ਹਾਂ ਦੇਖੋ ਨਾ, ਉਹ ਮੈਨੂੰ ਇਹਦੇ 'ਚ ਮੈਂ ਥੋੜ੍ਹਾ ਦਿੰਦਾ ਹੈਗਾ, ਇਹ ਇਹਨਾਂ ਨੂੰ ਹਿਸਟਰੀ ਦਾ ਕਨਫਿਊਜ਼ਨ ਹੈਗਾ। ਹਾਂਜੀ, ਇਹ ਬੜੀ ਅਹਿਮ ਗੱਲ ਹੈ, ਮੈਂ ਤੁਹਾਨੂੰ ਤੋੜ ਰਿਹਾ ਹੈਗਾ ਕਿ ਜਿਹੜਾ ਪੰਜਾਬੀ ਦਾ ਸਕ੍ਰਿਪਟ ਹੈਗਾ ਉਹਨੂੰ ਪਰਸ਼ੀਅਨ ਸਕ੍ਰਿਪਟ ਕਹਿੰਦੇ ਨੇ। ਬਿਲਕੁਲ ਬਿਲਕੁਲ। ਅੱਛਾ, ਪਰਸ਼ੀਅਨ ਸਕ੍ਰਿਪਟ ਜਿਹੜਾ ਐਕਚੁਅਲੀ ਹੈਗਾ ਹਿਸਟਰੀ 'ਚ, ਉਹ ਹੈ ਹੀ ਨਹੀਂ ਸੀ। ਹੈ, ਹਾਂਜੀ, ਠੀਕ ਹੈ ਠੀਕ ਹੈ ਨਾ ਜੀ, ਜੀ ਬਿਲਕੁਲ। ਜਿਹੜਾ ਜਿਹਨੂੰ ਪੁਰਾਣਾ ਪਹਿਲਵੀ ਸਕ੍ਰਿਪਟ ਕਹਿੰਦੇ ਨੇ, ਉਹ ਸਾਰਾ ਮਿਲਿਆ ਹੋਇਆ ਸੀ, ਉਹ ਪੁਰਾਣਾ, ਉਹਦੇ 'ਚ ਹੀਬਰੋ ਟੱਚ ਹੈ, ਉਹਦੇ 'ਚ ਗ੍ਰੀਕ ਦਾ ਟੱਚ ਹੈ। ਜੀ ਜੀ ਬਿਲਕੁਲ, ਠੀਕ ਹੈ ਨਾ ਜੀ, ਉਹ ਸਾਰੇ ਜਿਹੜੇ ਅਲਫਾਬੈਟਸ ਨੇ, ਹਾਂਜੀ, ਉਹ ਨੇ ਪੁਰਾਣੇ, ਤੁਸੀਂ ਦੇਖੋ ਜੀ ਜੀ ਦੇ ਉਹਨਾਂ ਗਰੀਬ। ਅੱਛਾ, ਇਹ ਅਰਬਨਾਈਜ਼ ਹੋ ਗਿਆ ਜਦੋਂ ਪੰਜਾਬੀ ਦਾ ਇੱਧਰ ਮੁਸਲਮਾਨਾਂ ਦੇ ਵਿੱਚ ਕਲਚਰ ਹੈ। ਹਾਂਜੀ, ਅਤੇ ਜਿਹੜਾ ਅਸਲ ਸਕ੍ਰਿਪਟ ਸੀ ਪੰਜਾਬੀ ਦਾ, ਉਹ ਤਾਂ ਦੇਵਨਾਗਰੀ ਤੋਂ ਆ ਰਿਹਾ ਸੀ। ਜੀ 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 ਜੀ, ਦੇਖੋ ਰਿਐਲਿਟੀ ਹੈ। ਹਾਂਜੀ ਹਾਂਜੀ, ਭਾਰਤ ਦੀ ਸਿਵਲਾਈਜੇਸ਼ਨ ਕਿਉਂ ਬਚੀ ਹੋਈ ਹੈ, ਭਾਰਤ ਕਿਉਂ ਡਿਫਰੈਂਟ ਹੈਗਾ? ਜੀ ਜੀ, ਉਹਨਾਂ ਨੇ ਆਪਣੀ ਭਾਸ਼ਾ ਦਾ ਜਿਹੜਾ ਸਕ੍ਰਿਪਟ ਹੈਗਾ, ਹਾਂਜੀ, ਉਹ ਕੋਈ ਦੇਵਨਾਗਰੀ ਰੱਖਿਆ ਹੋਇਆ। ਬਿਲਕੁਲ, ਉਹਦੇ ਵਿੱਚੋਂ ਫਿਰ ਅੱਗੇ ਕਈ ਕਈ ਸ਼ਾਖਾਂ ਨੇ, ਬੰਗਲਾ ਆਪਣੇ ਥੋੜ੍ਹੇ ਜਿਹੇ ਨੇ ਵੱਖਰੇ ਕਰ ਲੈਂਦੇ ਨੇ, ਪੰਜਾਬੀ ਉੱਥੋਂ ਨਿਕਲੀ। ਹਾਂਜੀ ਹਾਂਜੀ, ਅਤੇ ਕਿਆ ਪੰਜਾਬੀ ਲੈਂਗੁਏਜ ਜਿਹੜੀ ਹੈਗੀ ਹੈ, ਹਾਂਜੀ, ਉਹ ਸਿਰਫ ਔਰ ਸਿਰਫ ਇਹ ਪਰਸ਼ੀਅਨ ਸੋ ਕਾਲਡ ਪਰਸ਼ੀਅਨ ਸਕ੍ਰਿਪਟ ਦੇ ਨਾਲ ਹੀ ਚੱਲ ਸਕੇਗੀ? ਨਹੀਂ, ਮੈਂ ਅਰਜ਼ ਕਰ ਦਿੰਦਾ, ਇਹ ਇੰਨਾ ਸੀਰੀਅਸ, ਇੰਨਾ ਸੈਂਸਿਟਿਵ, ਇੰਨਾ ਹਸਾਸ ਇਸ਼ੂ ਹੈਗਾ ਕਿ ਮੈਂ ਸੱਚੀ ਗੱਲ ਇਹਨੂੰ, ਇਹਦੇ ਉੱਤੇ ਇਸਨੂੰ ਮਤਨਾਜ਼ਿਆ ਨਹੀਂ ਬਣਾਉਣਾ ਚਾਹਾਂਗਾ, ਕਿਉਂਕਿ ਸਾਡੀ ਤਹਿਰੀਕ ਜਿਹੜੀ ਹੈ ਉਹ ਇਸ ਵੇਲੇ ਸਕ੍ਰਿਪਟ ਦੇ ਉੱਤੇ ਨਹੀਂ ਬੇਸ ਕਰ ਰਹੀ। ਅਸੀਂ ਕਹਿ ਰਹੇ ਹਾਂ ਕਿ ਪੰਜਾਬੀ ਜੋ ਵੀ ਸਕ੍ਰਿਪਟ ਹੋਵੇ, ਠੀਕ ਹੈ, ਉਹਨੂੰ ਲਾਗੂ ਕਰ ਦਿਓ, ਠੀਕ ਹੈ। ਇਹ ਫਿਰ ਇਹ ਬੇਸਿਕਲੀ ਹੈਗਾ, ਦੋ ਚੀਜ਼ਾਂ ਨੇ, ਪੰਜਾਬੀ ਦੇ ਲਹਿਜੇ, ਮਰਕਜ਼ੀ ਲਹਿਜਾ ਕਿਹੜਾ ਪੂਰੇ ਪੰਜਾਬ ਨੂੰ ਜਿਹੜਾ ਐਕਸੈਪਟੇਬਲ ਹੋਵੇ, ਉਹਨੂੰ ਕਹਿੰਦੇ ਸਟੈਂਡਰਡਾਈਜੇਸ਼ਨ ਆਫ ਪੰਜਾਬੀ ਲੈਂਗੁਏਜ, ਕਿ ਪੰਜਾਬੀ ਮਿਆਰੀ ਜ਼ੁਬਾਨ, ਆਲਰੇਡੀ ਸ਼ਾਹ ਹੁਸੈਨ ਦੀ ਜ਼ੁਬਾਨ ਹੈ, ਇਹਨੂੰ ਇਹਦੇ ਵਿੱਚੋਂ ਕਿਹੜਾ ਲਹਿਜਾ ਚੁੱਕ ਕੇ ਜਿਹੜਾ ਅਸੀਂ ਪੂਰੇ ਪੰਜਾਬ ਨੂੰ ਅਸੀਂ ਦੇਈਏ। ਇਹ ਨਹੀਂ ਕਿ ਮੈਂ ਬਣਾ ਲਿਆ ਕੋਈ ਲਹਿਜਾ ਜਾਂ ਕਿਸੇ ਨੇ ਲਾਹੌਰ 'ਚ ਬੈਠ ਕੇ ਬਣਾ ਲਿਆ, ਉਹ ਨਹੀਂ ਕਰਨਾ। ਜਿਹੜਾ ਵੈਸਟ ਪੰਜਾਬ ਨੂੰ, ਪੂਰੇ ਪੰਜਾਬ ਨੂੰ ਵੈਸਟਰਨ ਲਹਿੰਦੇ ਨੂੰ, ਮੇਰੀ ਜ਼ਾਤੀ ਤਰਜੀਹ ਹੈ ਕਿ ਲਹਿੰਦਾ ਜਿਹੜਾ ਲਹਿੰਦਾ ਵੈਸਟਰਨ ਡਾਇਲੈਕਟ ਹੈ ਪੰਜਾਬੀ ਦਾ, ਉਹਨੂੰ ਪੰਜਾਬ ਦੀ ਸੈਂਟਰਲਾਈਜ਼ ਸਟੈਂਡਰਡਾਈਜ਼ ਲੈਂਗੁਏਜ ਹੋਣਾ ਚਾਹੀਦਾ। ਠੀਕ ਹੋ ਗਿਆ। ਗੱਲ ਇਹ ਵੇ ਕਿ ਜਿਹੜਾ ਪਰਸ਼ੀਅਨ ਸਕ੍ਰਿਪਟ ਹੈ, ਬਾਬਾ ਫਰੀਦ ਦਾ ਤੁਹਾਨੂੰ ਪਤਾ 1000 ਸਾਲ ਪਹਿਲੇ ਕਲਾਮ ਪਰਸ਼ੀਅਨ ਸਕ੍ਰਿਪਟ ਛਪ ਚੁੱਕਿਆ, ਹੁਣ ਪੰਜਾਬੀ ਆਦੀ ਹੋ ਗਏ ਨੇ ਉਸ ਨੂੰ ਪੜ੍ਹਨ ਦੇ, ਠੀਕ ਹੈ। ਮੈਂ ਕਹਿ ਰਿਹਾ ਕਿ ਇਸ ਇਸ਼ੂ ਨੂੰ ਅਸੀਂ ਨਹੀਂ ਛੇੜਦੇ, ਤੁਹਾਡਾ ਇਸ਼ੂ ਹੈ। ਲੇਕਿਨ ਇਹਨੂੰ ਕਰੇਗਾ ਕੌਣ? ਇਹਨੂੰ ਪੋਲੀਟੀਸ਼ੀਅਨ ਮੰਨ ਲੈਣਗੇ, ਜੁਡੀਸ਼ਰੀ ਮੰਨ ਲੈਗੀ, ਆਰਮੀ ਮੰਨ ਲੈਗੀ? ਮੈਂ ਅਰਜ਼ ਕਰਨਾ, ਦੇਖੋ ਜੀ ਕਿ ਇਹਨਾਂ ਨੂੰ ਮੰਨਣਾ ਪਏਗਾ। 12 ਕਰੋੜ ਦੀ ਆਬਾਦੀ ਦਾ ਸੂਬਾ ਹੈ ਪੰਜਾਬ, ਠੀਕ ਹੈ। ਪੰਜਾਬ ਵਿੱਚ ਕੋਈ ਸਿਆਸੀ ਪਾਰਟੀ, ਕੋਈ ਲੀਡਰ, ਕੋਈ ਪੰਜਾਬੀ ਇਸਟੈਬਲਿਸ਼ਮੈਂਟ, ਕੋਈ ਬਿਊਰੋਕਰੇਸੀ, ਕੋਈ ਤਬਕਾ, ਇੰਟਲੈਕਚੁਅਲ, ਰਾਈਟ, ਲੈਫਟ, ਜਮਾਤ ਇਸਲਾਮੀ, ਹੈਰਾਨ ਕੌਣ ਗੱਲ ਹੈ, ਹੈਰਾਨਗੀ ਵਾਲੀ ਗੱਲ ਹੈ,
कोई भी पंजाबी जुबान की गल नहीं करता। तुसी इन्हां दी मुनाफकत देखो जनाब, तुसी सिर फड़ लोगे कि पंजाब असैंबली कुद कुद के टप टप के पंजाब दे टोटे करन दे बिल पास कर दी, ताड़ियां मार दे, मिठाइयां खांदे जे पंजाब असैंबली। ये ऐसे बेगैरत ने पंजाब असैंबली जिहड़े बैठे ने, सॉरी टू यूज़ दीज़ वर्ड, पंजाब फरोश, जमीर फरोश, जाहिल मुतलक, कोई अबू जहल की नसल के लोग ने पंजाब असैंबली। कभी तुम देखे अपनी धरती माँ को वंड के उन्होंने चीर पाड़ करके लोग मिठाइया खावन तो ताड़ियाँ वजा मीनारे पाकिस्तान के इमरान खान के जलसे लाहौरिया ताड़ियाँ मार रहे सन, वो क्या एजेंडा दे रहे सी, वो एस्टैबलिशमेंट का ब्यूरोक्रेसी का साम्राज का इंपीरियलिस्ट का एजेंडा दे रहे सी इमरान खान के मैं पंजाब के वंड के टोटे करने ने कि वास्ते पनाहगीर वास्ते नीली अजरक वाले पनाहगीर वास्ते मैं टोटे करने ने, वो गद्दी नशीना अंग्रेज़ के कुत्ते पालन वाले वास्ते, उन्होंने वास्ते सूबा साडा पंजाब पंजना जिथे पाक पतन कोट बिठा ने साडा बाबा फरीद है, साडा पंजना दे साडे पंज दरिया ने कहिंदे ने उन्हों वढ़ के तुसी एक सूबा बनाओ। जनूबी पंजाब क्यों बनाओ भाई, पंजाब एक लिसानी सूबा है, सिंगल लिंग्विस्टिक आइडेंटिटी शनाख्त हैगी है, कौमी शनाख्त सिंस सेंचुरीज। वो लाहौरी मैं गल ये कर रहा सी, मीनारे पाकिस्तान से अहमक लाहौरी है, उर्दू प्रस्त इन्होंने इन्हों लाहौरिया ने जोड़े उर्दू प्रस्त ने ब्यूरोक्रेसी जोड़ा पंजाब नू रूल कर रहा पंजाबी, इन्होंने लाहौर नू पंजाबी दा कब्रिस्तान ते बाकी दे पंजाब नू पंजाबी दा कतलगढ़ बनाता है। उर्दू दा फसाद सराइकी दा फितना इन्होंने मुसलत करके पंजाब दे टोटे कहिंदे ने करो, सराइकी नू सूबा दिओ, पंजाब नू उर्दू दी जुबान रखो, लेकिन पंजाबी दा नां ना लवो, पंजाबी दा बिल पास नहीं करना। हुण असीं इन्हां दे गाटे ते लत रख के पंजाब असैंबली कोलो इंशाल्लाह जिंदगी रही तो असी पंजाबियों ने यह बिल पास कराना है कि पंजाब की जिहड़ी जिहड़ी सरकारी तालीमी दफ्तरी अदालती जुबान है वह पंजाबी है, उर्दू साड़ी जुबान नहीं है, पंजाब की राबते की जुबान, पाकिस्तान की राबते की जुबान है उर्दू। वैलकम, असी उहदा एहतराम करते हैं, पाकिस्तानी जुबान है, उहदे नाल साडा झगड़ा पंजाब विच है कि पंजाब विच उर्दू एक गासिब जुबान है जिहड़ी पंजाबी जुबान का हक गसब करके बैठी 172 साल तो, इनू जाना चाहिए। उर्दू शुड गो आउट ऑफ पंजाब नाउ, सानू अपनी जुबान वापस चाहिए है। ये इस तरह हैगा, पंजाब असैंबली पंजाब दे टोटे करन दे बिल पास करे, उर्दू किन्ने वारी ने पंजाब दे टोटे करन दे पास बिल पास किए ने, पंजाब असैंबली जराइम क्राइम किए ने, उर्दू नू जुबान बनावन दे बिल पास करे, लेकिन पंजाबी जुबान नू दे वास्ते पंजाबी लैंग्वेज एक्ट पास ना करे, पंजाबी जुबान वास्ते कानून साजी ना करे। इहदा मतलब है ये पंजाब असैंबली पंजाब दुश्मन है। एक मुख्तसर जे जुमले मैं अर्ज कर देना, असी नीयत बन लीए, असी पंजाबियों ने नीयत बन ली, तुहाडे सवाल का जवाब है कि अगर पंजाब असैंबली ने पंजाबी लैंग्वेज एक्ट मंजूर करके पंजाबी नू पंजाब दी तालीमी सरकारी दफ्तरी अदालती पार्लियामानी जुबान ना बनाया, असी धावा बोल देना इस पंजाब असैंबली ते असी इस पंजाब असैंबली नू ढा देना। अच्छा, तुसी क्या सी इस पंजाब असैंबली नू ढा देना है, ढाण वास्ते तुहाडा जिहड़ा ग्रुप हैगा, चूंकि तुसी इहनू पोलिटिकल मूवमेंट दे तौर ते लैक तुर रहे जे, बिल्कुल 11 जनवरी 2020 नू हाँ जी पंजाबी प्रोटेस्ट रैली हो रही है जी, बिल्कुल हो रही है जी, पूरे पंजाब विच होवेगी, अपना पाकिस्तानी साइड दे पंजाब विच या लाहौरी च हो रही है। मैं इहदा दस देना, इह इहदा क्रेडिट जांदा है साडे वीर अमार काजमी नू, ठीक है जी, पंजाब नैशनल नैशनल पार्टी दे पंजाब नैशनल मूवमेंट दे आगू ते लीडर ने, उन्होंने बड़ी हिम्मत कीती, उन्होंने बड़ा हौसला कीता, ते असी सारे पंजाब दे जिन्ने पंजाबी एक्टिविस्ट ने नैशनलिस्ट ने राइटर ने लिखारी ने असी सारिया पंजाबी तंजीमां जिन्हें भी है असी उन्हां दे नाल है, मतलब पंजाबी जुबान दा मैं कल ही एक स्टेटस पोस्ट कीता है कि पंजाब ते पंजाबी दे हक वास्ते जिथे भी कोई पंजाबी पंजाब या पाकिस्तान च कूक मारे सारे पंजाबी दौड़ के उत्थे अपड़ो। ये जिहड़ी लाहौर च रैली हो रही ये 11 जनवरी नूं सवेरे 11 बजे दरबार शाह हुसैन ते सारे ने इकट्ठे होने, तो ये सारे पंजाब तो कैनेडा तो अमरीका तो यूरोप चो भी दोस्त जा रहे हैं। शहजाद नासिर साढ़े पंजाबी दे बहुत वड्डे एक्टिविस्ट ने, कॉम्प्रेस ने, लिखारी ने, जर्नलिस्ट ने, वो खास तौर पर लाहौर गए ने, होर भी बहुत सारे दोस्त, मैं किस वजह तो नहीं जा सकया, जाना सी लेकिन कुछ जाती मसरूफियात की वजह तो नहीं जा सकया, इंशाल्लाह फिर जदों इकट्ठ होण गया मैं जाना तो फिर असी रलांगे, लेकिन मैं उन्हें सपोर्ट कर रहा। 11 जनवरी नूं जिहड़ी रैली हो रही है, रैली इत्थों लाहौर दरबार शाह हुसैन ते 11 बजे इकट्ठी होनी, इन्हें फिर मार्च करना है, इस रैली ने मार्च करना है, लाहौर दियां सड़कां ते ने जाना, प्रेस क्लब लाहौर प्रेस क्लब अपना प्रोटेस्ट रजिस्टर कराना है। बेसिकली एक अदालती फैसला आया सी, असूल गल तो यह कि
ਪੰਜਾਬ ਨੂੰ ਪੰਜਾਬੀ ਜ਼ੁਬਾਨ ਲਾਗੂ ਕਰਾਉਣ ਵਾਸਤੇ ਅਦਾਲਤੀ ਫੈਸਲੇ ਲੈਣੇ ਪੈਣ, ਇਸ ਤੋਂ ਵੱਡੀ ਸ਼ਰਮ ਦੀ ਗੱਲ ਵੀ ਕੋਈ ਨਹੀਂ ਕਿ ਪੰਜਾਬੀ ਇੰਨੇ ਬੇਵੱਸ ਨੇ ਕਿ ਕੁਝ ਲੋਕਾਂ ਨੂੰ ਅਦਾਲਤ ਜਾਣਾ ਪਿਆ। ਸਾਡੇ ਦੋਸਤ ਨੇ ਡਾਕਟਰ ਮੁਹੰਮਦ ਸਮੀ, ਪੰਜਾਬੀ ਬਹੁਤ ਐਕਟਿਵਿਸਟ ਨੇ ਪੰਜਾਬੀ ਦੇ, ਡਾਕਟਰ ਮੁਹੰਮਦ ਸਮੀ ਆਪਣਾ ਐਕਟਿਵ ਨੇ, ਉਹਨਾਂ ਨੇ ਗਾਲਬਨ ਕੇਸ ਕੀਤਾ ਸੀ ਹਾਈ ਕੋਰਟ, ਜਸਟਿਸ ਸਾਕਿਬ ਨਿਸਾਰ ਨੇ ਉਹਦੇ ਵਿੱਚ ਕੋਈ ਇਨਵੋਲਵਮੈਂਟ ਸੀ, ਇਹਨੇ ਬੜੀ ਡਰਾਮੇਬਾਜ਼ੀ ਕੀਤੀ ਪੰਜਾਬੀ ਜ਼ੁਬਾਨ ਦੇ ਖਿਲਾਫ਼ ਹੈ ਜਸਟਿਸ ਸਾਕਿਬ ਨਿਸਾਰ ਨੇ। ਬਹਰਹਾਲ ਉਹ ਇੱਕ ਅਦਾਲਤੀ ਫੈਸਲਾ ਆ ਗਿਆ, ਬਾਅਦ ਵਿੱਚ ਉਸ ਕੁਝ ਹੋਰ ਲੋਕ ਵੀ ਸ਼ਾਮਿਲ ਹੋ ਗਏ ਉਹਦੇ 'ਚ, ਜੀ ਪੰਜਾਬ ਦੀ ਤਾਲੀਮੀ ਜ਼ੁਬਾਨ ਜਿਹੜਾ ਇਹਨੂੰ ਪੰਜਾਬੀ ਨੂੰ ਬਣਾਓ, ਅਤੇ ਇਹ ਨਹੀਂ ਅਦਾਲਤ ਨੇ ਟਾਈਮ ਫਰੇਮ ਨਹੀਂ ਦਿੱਤਾ ਕਿ ਇੰਨੇ ਦਿਨ 'ਚ ਬਣਾਓ। ਸਰਹੱਦ 'ਚ ਸਿੰਧ ਬਲੋਚਿਸਤਾਨ 'ਚ ਪੰਜਾਬੀ ਪੜ੍ਹਾਈ ਜਾ ਰਹੀ, ਲੇਕਿਨ ਪੰਜਾਬ ਸਰਕਾਰ ਉਲਟਾ ਕੰਮ ਕੀਤਾ। ਪੰਜਾਬ ਦਾ ਵਜ਼ੀਰ ਤਾਲੀਮ ਇੰਤਹਾਈ ਮਤਲਬ ਪੰਜਾਬ ਦੁਸ਼ਮਣ ਸ਼ਖਸ ਹੈਗਾ ਪੰਜਾਬ ਦਾ ਮੌਜੂਦਾ ਵਜ਼ੀਰ ਤਾਲੀਮ, ਉਸ ਨੇ ਉਲਟਾ ਪੰਜਾਬੀ ਨੂੰ ਹੱਕ ਦੇਣ ਦੀ ਥਾਂ 'ਤੇ ਅੰਗਰੇਜ਼ੀ ਖਤਮ ਕਰਕੇ ਪੰਜਾਬੀ ਨੂੰ ਹੱਕ ਨਹੀਂ ਦਿੱਤਾ, ਅਤੇ ਕਹਿੰਦੇ ਜੀ ਅਗਲੇ ਸਾਲ ਤੋਂ 2020 ਤੋਂ ਅਸੀਂ ਉਰਦੂ ਪੂਰੇ ਪੰਜਾਬ 'ਚ ਪ੍ਰਾਇਮਰੀ ਲੈਵਲ 'ਤੇ ਲਾਗੂ ਕਰ ਦਿਆਂਗੇ। ਸੋ ਅਸੀਂ ਇਹ ਜਿਹੜੀ ਰੈਲੀ ਹੋ ਰਹੀ ਹੈ ਇਹ ਉਸ ਪੰਜਾਬੀ ਜ਼ੁਬਾਨ ਦੇ ਹੱਕਾਂ ਵਾਸਤੇ ਕਿ ਹੱਕ ਜਿਹੜੇ ਨੇ ਅਦਾਲਤੀ ਫੈਸਲੇ ਦੇ ਤਹਿਤ ਤੁਸੀਂ ਲਾਗੂ ਕਰੋ। ਇਹ ਸਾਰੇ ਪੰਜਾਬੀ ਉਹਦੇ ਜਾ ਰਹੇ ਨੇ, ਅਤੇ ਮੈਂ ਉਹਦੇ 'ਚ ਬਾਕਾਇਦਾ ਡਿਕਲੇਰੇਸ਼ਨ ਕੀਤਾ ਹੋਇਆ, ਐਲਾਨ ਕੀਤਾ ਹੈ ਕਿ ਜਿਹੜਾ ਪੰਜਾਬੀ ਲਾਹੌਰ 'ਚ ਰਹਿੰਦਾ, ਇਹ ਗੱਲ ਮੈਂ ਬਿਲਕੁਲ ਔਨ ਰਿਕਾਰਡ ਕਰ ਰਿਹਾ, ਜਿਹੜਾ ਪੰਜਾਬੀ ਲਾਹੌਰ 'ਚ ਰਹਿੰਦਾ ਅਗਰ ਉਹ ਇਸ ਰੈਲੀ 'ਚ ਨਹੀਂ ਜਾਏਗਾ ਉਹ ਪੰਜਾਬ ਦਾ ਗੱਦਾਰ ਹੈ, ਉਹਦੇ ਵਾਸਤੇ ਮਾਫ਼ੀ ਨਹੀਂ ਹੈਗੀ। ਤੁਸੀਂ ਕਿਹਾ ਪੰਜਾਬ ਦਾ ਗੱਦਾਰ ਹੈ, ਤੁਸੀਂ ਪੰਜਾਬੀ, ਜੇ ਮੈਂ ਪੰਜਾਬੀ ਹਾਂ, ਪੰਜਾਬੀ ਆਪਣੇ ਜੋਸ਼ੀਲੇ ਪਾਣੇ 'ਚ ਮਸ਼ਹੂਰ ਨੇ ਜੀ, ਜਦੋਂ ਤੁਸੀਂ ਪਿੱਛੇ ਕਿਹਾ, ਮੈਂ ਉਹਦੀ ਤੁਹਾਡਾ ਥੋੜ੍ਹੀ ਜਿਹੀ ਵਜ਼ਾਹਤ ਕਰਨਾ ਚਾਹੁੰਦਾ, ਤੁਸੀਂ ਕਿਹਾ ਕਿ ਅਗਰ ਪੰਜਾਬੀ ਨਹੀਂ ਲਾਗੂ ਹੋਊਗੀ ਅਸੀਂ ਪੰਜਾਬ ਅਸੈਂਬਲੀ ਨੂੰ ਢਾ ਦੇਵਾਂਗੇ, ਇਹ ਟਾਣਾ ਜਿਹੜਾ ਹੈਗਾ ਮਕਸਦ ਸਾਡਾ ਕੋਈ ਵਾਇਲੈਂਸ ਦਾ ਨਹੀਂ ਹੈਗਾ, ਅਲਾਮਤੀ ਗੱਲ ਹੈ, ਅਲਾਮਤੀ ਗੱਲ ਜੀ, ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਹਾਂ, ਬਲਕਿ ਤੁਸੀਂ ਇਹ ਕਹਿਣਾ ਚਾਹ ਰਹੇ ਜੀ ਕਿ ਅਸੀਂ ਪੂਰਾ ਆਪਣਾ ਵਿਰੋਧ ਕਰਾਂਗੇ, ਪੂਰਾ ਆਪਣਾ ਇਤਜਾਜ ਘੇਰਾਓ ਕਰਨਾ, ਇਤਜਾਜ ਕਰਾਂਗੇ, ਮਜਬੂਰ ਕਰਾਂਗੇ, ਫੈਸਲਾ ਕਰੋ ਸਾਡਾ, ਮਤਲਬ ਇੱਕ ਡੈਮੋਕ੍ਰੈਟਿਕਲੀ ਲੈ ਕੇ ਚੱਲਣਾ ਹੈ, ਅਸੈਂਬਲੀ ਵੀ ਉੱਥੇ ਰਵੇ ਕਿਉਂਕਿ ਉਸੇ ਬਿਲਡਿੰਗ ਦੀ ਤੁਹਾਨੂੰ ਵੀ ਲੋੜ ਹੈਗੀ ਜਦੋਂ ਤੁਸੀਂ ਕਦੀ ਆਪਣੇ ਨੁਮਾਇੰਦੇ ਆਪਣੀ ਪਾਰਟੀ ਤੋਂ ਉੱਥੇ ਚੁਣ ਕੇ ਲੈ ਕੇ ਜਾਓਗੇ। ਜੀ ਜੀ ਬਿਲਕੁਲ। ਆਖਰ 'ਚ ਜਿਹੜੀ ਗੱਲ, ਚੁੱਕੇ ਹਰ ਸ਼ੋਅ ਦਾ ਇੱਕ ਸਮੇਂ ਹੁੰਦਾ ਹੈ, ਅਸੀਂ ਗੱਲ ਤਾਂ ਤੁਹਾਡੇ ਨਾਲ ਭਾਵੇਂ ਕਰੀਏ ਤਾਂ 3 ਘੰਟੇ ਚੱਲੀ ਜਾਏਗੀ, ਬਿਲਕੁਲ। ਆਖਰ 'ਤੇ ਦੱਸੋ ਕਿ ਇਹ ਸਾਰੀ ਜਿਹੜੀ ਅੱਜ ਦੀ ਗੱਲਬਾਤ ਹੈ, ਇਹਦੇ 'ਚ ਕਿਹੜੀ ਗੱਲ ਦੇ ਤੁਸੀਂ ਸਮਝਦੇ ਜੇ ਕਿ ਤੁਸੀਂ ਹੋਰ ਕਰਨਾ ਚਾਹੋਗੇ? ਮੈਂ ਅਸਲ 'ਚ 2-3 ਮੇਨ ਪੁਆਇੰਟ ਜਿਹੜੇ ਵਾਜ਼ਿਆ ਕਰਦੇ, ਇੱਕ ਤਾਂ ਇਹ ਕਿ ਜਿਹੜੀ ਲਾਹੌਰ 'ਚ ਰੈਲੀ ਹੋ ਰਹੀ 11 ਜਨਵਰੀ ਨੂੰ, ਇਹ ਕਾਮਯਾਬ ਹੋਣੀ ਚਾਹੀਦੀ, ਮੇਰੀ ਦੁਆ ਹੈ, ਅਤੇ ਮੈਂ ਅਪੀਲ ਕਰ ਰਿਹਾ ਜਿੰਨੇ ਵੀ ਪੰਜਾਬੀ ਮੇਰੀ ਗੱਲ ਸੁਣ ਰਹੇ ਨੇ ਪੂਰੇ ਪਾਕਿਸਤਾਨ 'ਚ, ਨਾਲ ਮੈਂ ਸਿਆਸੀ ਪਾਰਟੀਆਂ ਪਾਕਿਸਤਾਨ ਦੀਆਂ ਜਿਹੜੀਆਂ ਨੇ, ਨੂਨ ਲੀਗ ਹੈਗੀ, ਪੀਪਲਸ ਪਾਰਟੀ ਹੈਗੀ, ਉਸ ਤੋਂ ਬਾਅਦ ਤਹਿਰੀਕ ਇਨਸਾਫ ਹੈਗੀ, ਜਿਹੜੇ ਪੰਜਾਬੀ ਅਹੁਦੇਦਾਰ ਨੇ ਲਾਹੌਰ 'ਚ ਬੈਠੇ ਨੇ, ਮੈਂ ਚਾਹੁੰਦਾ ਕਿ ਉਹ ਇਸ ਰੈਲੀ 'ਚ ਆਪਣੇ ਨੁਮਾਇੰਦੇ ਭੇਜਣ। ਮੈਂ ਕੋਸ਼ਿਸ਼ ਵੀ ਕਰ ਰਿਹਾ ਕਿ ਉਹਨਾਂ ਨਾਲ ਰਾਬਤਾ ਹੋ ਜਾਏ ਅਤੇ ਉਹਨਾਂ ਨੂੰ ਕਵੀ ਕਿਹਾ। ਗੱਲ ਇਹ ਕਿ ਇੱਕ ਤਾਂ ਰੈਲੀ ਕਾਮਯਾਬ ਹੋਣੀ ਚਾਹੀਦੀ, ਸਾਰੇ ਪੰਜਾਬੀ ਇਹਦੇ ਵਿੱਚ ਜਾਣ। ਦੂਜੀ ਗੱਲ ਇਹ ਕਿ ਜਿਹੜਾ ਪੰਜਾਬੀ ਕਲਚਰ ਡੇ ਅਸੀਂ ਪਹਿਲੀ ਵਿਸਾਖ ਨੂੰ ਮਨਾਉਣਾ, ਇਹਦੇ 'ਚ ਲਾਹੌਰ 'ਚ ਕੁਝ ਲੋਕਾਂ ਨੇ ਸਾਜ਼ਿਸ਼ ਕੀਤੀ। ਤੁਹਾਨੂੰ ਯਾਦ ਹੈ ਜਦੋਂ ਪੰਜਾਬ 'ਚ ਪੰਜਾਬੀ ਖਤਮ ਕਰਨੀ ਸੀ ਅਤੇ ਪੰਜਾਬੀ ਨੂੰ ਖਤਮ ਕਰਨ ਲਈ ਆਖਿਆ ਕਿ ਉਰਦੂ ਮੁਸਲਮਾਨੋਂ ਕੀ ਜ਼ੁਬਾਨ ਹੈ, ਪੰਜਾਬੀ ਸਿੱਖੋਂ ਕੀ ਜ਼ੁਬਾਨ ਹੈ। ਹੁਣ ਕੁਝ ਲੋਕਾਂ ਨੇ ਮੇਰੀ ਗੈਰ ਮੌਜੂਦਗੀ 'ਚ ਇਹ ਸਾਜ਼ਿਸ਼ ਕੀਤੀ, ਕਿਉਂਕਿ ਪੰਜਾਬ ਦੀ ਤਾਰੀਖ 'ਚ ਪਹਿਲੀ ਵਾਰੀ ਪੰਜਾਬੀ ਲੈਂਗੁਏਜ ਮੂਵਮੈਂਟ ਨੇ ਅੱਜ ਤੋਂ 8.5-9 ਸਾਲ ਪਹਿਲੀ ਵਾਰੀ ਪੰਜਾਬੀ ਕਲਚਰ ਡੇ ਮਨਾਇਆ, ਅਤੇ ਉਹ ਅਸੀਂ ਮੁਸਲਸਲ ਮਨਾ ਰਹੇ ਹਾਂ 8-9 ਸਾਲ ਤੋਂ, ਉਹਦਾ ਦਿਹਾੜਾ ਫਿਕਸ ਹੈ। ਉਹਦੀ ਬੜੀ ਅਹਿਮੀਅਤ ਹੈ ਕਿ ਪਹਿਲੀ ਵਿਸਾਖ ਜਿਹੜਾ ਹੈ ਪੰਜਾਬੀਆਂ ਦਾ ਕੌਮੀ ਦਿਨ ਹੈ, ਪਹਿਲੀ ਵਿਸਾਖ ਨੂੰ ਪੰਜਾਬੀ ਦਾ ਨਵਾਂ ਸਾਲ ਵੀ ਸ਼ੁਰੂ ਹੁੰਦਾ, ਠੀਕ ਹੈ। 1000 ਸਾਲ ਤੋਂ ਤੁਸੀਂ ਹੜੱਪਾ ਦੇ ਖੰਡਰਾਜ ਚਲੇ, ਉੱਥੇ ਪੜੋਲੇ ਤੁਹਾਨੂੰ ਕਣਕ ਮਿਲੇਗੀ। ਜਿਸ ਤਰ੍ਹਾਂ ਤੁਹਾਡਾ ਥੈਂਕਸ ਗਿਵਿੰਗ ਡੇ ਨਾ ਅਮਰੀਕਾ 'ਚ ਕੈਨੇਡਾ 'ਚ ਮਨਾਇਆ ਜਾਂਦਾ, ਇਹ ਪੰਜਾਬੀਆਂ ਦਾ ਸ਼ੁਕਰ ਦਾ ਦਿਨ ਹੈ ਪਹਿਲੀ ਵਿਸਾਖ। ਦੂਜੀ ਗੱਲ ਇਹ ਕਿ ਅਸੀਂ ਪਹਿਲੀ ਵਿਸਾਖ ਨੂੰ ਇਸ ਵਾਸਤੇ ਮਨਾਉਣਾ ਚਾਹ ਰਹੇ ਕਿ ਅਸੀਂ ਪੰਜਾਬੀ ਕਿਸਾਨ ਨੂੰ, ਪੰਜਾਬ ਦੀ 70-75% ਆਬਾਦੀ ਜ਼ਰਾਤ ਨਾਲ ਮੁਨਸਲਿਕ ਹੈ, ਉਹਨੂੰ ਜੋੜੀਏ। ਤੀਜੀ ਗੱਲ ਇਹ ਕਿ ਸਾਡਾ ਕੌਮੀ ਦਿਨ ਹੈ ਹੀ ਕੋਈ ਨਹੀਂ, ਇੱਕ ਦਿਨ ਹੈ ਜਿਹੜਾ ਉਹਨੂੰ ਕਹਿ ਰਹੇ ਲੇਬਲ ਆ ਰਹੇ ਕਿ ਜਿਹਦੇ ਵਿਸਾਖੀ ਦਾ ਦਿਨ ਹੈ ਅਤੇ ਸਿੱਖ ਮਨਾਉਂਦੇ ਨੇ। ਸਿੱਖ ਮਜ਼ਹਬ, ਸਿੱਖ ਮਤ, ਸਿੱਖ ਧਰਮ ਕਦੋਂ ਆਇਆ? ਅਤੇ ਪਹਿਲੀ ਵਿਸਾਖ ਦਾ ਮੇਲਾ ਪੰਜਾਬ 'ਚ ਦੁੱਲੇ ਭੱਟੀ ਦੇ ਜ਼ਮਾਨੇ ਤੋਂ ਅਤੇ ਆਪਣਾ 1000 ਸਾਲ ਤੋਂ ਮਨਾਇਆ ਜਾ ਰਿਹਾ। ਕਣਕਾਂ ਤਾਂ ਪਹਿਲੀ ਵਿਸਾਖ ਨੂੰ ਵੱਢੀਆਂ ਜਾਂਦੀਆਂ ਨੇ, ਜਿਹੜਾ ਬਿਕਰਮੀ ਕੈਲੰਡਰ ਹੈਗਾ ਪੰਜਾਬੀ ਦਾ ਪਹਿਲੀ ਵਿਸਾਖ ਦਾ ਤਾਂ 1000 ਸਾਲ ਪੁਰਾਣਾ ਹੈਗਾ, ਪੰਜਾਬ ਵਿੱਚ ਹੀ ਇਹ ਕੈਲੰਡਰ ਬਣਿਆ ਪਹਿਲੀ ਵਿਸਾਖ। ਗੁਪਤਾ ਪੰਜਾਬੀਆਂ, ਤੁਸੀਂ ਇਹ ਦੇਖੋ ਕਿ ਬੰਗਾਲੀ ਵੀ ਪਹਿਲੀ ਵਿਸਾਖ ਨੂੰ ਆਪਣਾ ਕਲਚਰ ਡੇ ਮਨਾਉਂਦੇ ਨੇ, ਠੀਕ ਹੋ ਗਿਆ। ਉਹਦੇ ਬਾਅਦ ਇੰਡੀਆ 'ਚ ਮਨਾਇਆ ਜਾਂਦਾ ਹੈ, ਦੁਨੀਆ ਦੇ ਕਈ ਕੋਨਿਆਂ 'ਚ, ਅਤੇ ਅਸੀਂ ਸ਼ੁਕਰਾਨੇ ਦਾ ਦਿਹਾੜਾ ਕਿਉਂ ਨਾ ਮਨਾਈਏ? ਉਹ ਕੁਝ ਲੋਕਾਂ ਨੇ ਸਾਜ਼ਿਸ਼ ਕੀਤੀ ਲਾਹੌਰ 'ਚ, ਜਿਹੜੇ ਸਰਕਾਰੀ ਦਰਬਾਰੀ ਅਤੇ ਏਜੰਸੀਆਂ ਦੇ ਟਾਊਟ ਨੇ, ਉਹਨਾਂ ਨੇ ਇਹ ਸਾਜ਼ਿਸ਼ ਕੀਤੀ ਕਿ ਜੇ ਅਸੀਂ ਇਹ ਪਹਿਲੀ ਵਿਸਾਖ ਨੂੰ ਨਹੀਂ ਮਨਾਉਣਾ, ਅਸੀਂ ਕੋਈ ਉਹਨਾਂ ਨੇ ਤਾਰੀਖ ਬਦਲ ਦਿੱਤੀ ਹੈ, ਤਾਰੀਖ ਇਹ ਲੇਬਲ ਲਾ ਕੇ ਬਦਲੀਏ, ਕਿਉਂਕਿ ਇਹ ਸਿੱਖ ਮਨਾਉਂਦੇ ਨੇ ਪਹਿਲੀ ਵਿਸਾਖ ਨੂੰ,
ਤੇ ਇਸ ਵਾਸਤੇ ਮੈਂ ਉਹਨਾਂ ਨੂੰ ਕਿਹਾ ਗੱਲ ਸੁਣੋ, ਤੁਸੀਂ ਤੇ ਪੰਜਾਬੀ ਕਲਚਰ ਨੂੰ ਸਿੱਖ ਕਲਚਰ ਤੇ ਮੁਸਲਿਮ ਕਲਚਰ ਮੁਸਲਮਾਨ ਕਲਚਰ 'ਚ ਵੜ ਰਹੇ ਹੋ, ਅਸੀਂ ਇਹ ਨਹੀਂ ਹੋਣ ਦੇਣਾ, ਅਸੀਂ ਬਿਲਕੁਲ ਨਹੀਂ ਹੋਣ ਦੇਣਾ। ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਹੈ ਕਿ ਅਸੀਂ ਇਸ ਸਾਲ 'ਚ ਕੀ ਕਰਨਾ, ਪੰਜਾਬੀ ਕਲਚਰ ਡੇ ਇਨਸ਼ਾਅੱਲਾ ਅਸੀਂ ਪਹਿਲੀ ਵਿਸਾਖ ਨੂੰ ਮਨਾਉਣਾ, ਪੰਜਾਬੀ ਲੈਂਗੁਏਜ ਦਾ ਡੇ ਦਾ ਦਿਨ ਅਸੀਂ ਪੰਜਾਬੀ ਲੈਂਗੁਏਜ ਡੇ ਜਿਹੜਾ ਉਸ ਦਿਨ ਮਨਾਉਣਾ, ਜਿਸ ਦਿਨ ਅੰਗਰੇਜ਼ਾਂ ਨੇ ਕਾਇਦੇ ਸਾੜੇ ਸਨ, ਠੀਕ ਹੋ ਗਿਆ ਪੰਜਾਬ 'ਚ ਪੰਜਾਬੀ ਦੇ। ਤੀਸਰਾ ਇਹ ਪੰਜਾਬੀ ਜਿਹੜਾ ਰੈਲੀ ਹੋ ਰਹੀ ਇਹ ਚੱਲ ਰਿਹਾ। ਚੌਥਾ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਇਹ ਹੈਗਾ, ਮੇਰਾ ਪ੍ਰੋਗਰਾਮ ਬਣਿਆ ਕਿ ਮੈਂ ਪੰਜਾਬ ਲੈਵਲ 'ਤੇ ਪਾਕਿਸਤਾਨ ਲੈਵਲ 'ਤੇ ਪੰਜਾਬੀ ਨੈਸ਼ਨਲਿਸਟ ਪੰਜਾਬੀ ਪੋਲੀਟੀਕਲ ਪਾਰਟੀ ਮੁਨਜ਼ਮ ਕਰਾਂ, ਅਤੇ ਉਹਦੇ ਹੀ ਸਾਡਾ ਪ੍ਰੋਗਰਾਮ ਹੈ ਕਿ ਸਾਡੇ ਦੋ ਪ੍ਰੋਗਰਾਮ ਨੇ। ਅਸੀਂ ਹੁਣ ਸੋਚ ਰਹੇ ਹਾਂ ਕੀ ਕਰੀਏ ਕਿ ਸਾਡਾ ਜਿਹੜਾ ਪਹਿਲਾ ਫੰਕਸ਼ਨ, ਸਾਡਾ ਪਹਿਲਾ ਕਨਵੈਨਸ਼ਨ ਜਾਂ ਸਾਡਾ ਪਹਿਲਾ ਇਕੱਠ ਜਾਂ ਜਿਹੜਾ ਸਾਡਾ ਪਹਿਲਾ ਜਲਸਾ ਜਾਂ ਫੋਰਮ ਜਾਂ ਕਾਨਫਰੰਸ ਜੋ ਵੀ ਦੋਸਤ ਸਲਾਹ ਕਰਨਗੇ ਉਹ ਮੁਲਤਾਨ ਸ਼ਹਿਰ 'ਚ ਹੋਵੇ, ਅਸੀਂ ਉੱਥੋਂ ਸ਼ੁਰੂ ਕਰਨਾ। ਇਹ ਸਾਡਾ ਏਜੰਡਾ, ਇਹ ਪ੍ਰੋਗਰਾਮ ਹੈ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਜਿੰਨੇ ਪੰਜਾਬੀ ਲਿਖਾਰੀ, ਦਾਨਿਸ਼ਵਰ, ਕੌਮਪਰਸਤ, ਐਕਟਿਵਿਸਟ ਮਤਲਬ ਔਨਲਾਈਨ ਮੌਜੂਦ ਨੇ ਜਾਂ ਪੰਜਾਬ ਦੇ ਸ਼ਹਿਰਾਂ ਪਿੰਡਾਂ ਥਾਵਾਂ 'ਚ ਮੌਜੂਦ ਨੇ, ਜਿੱਥੇ ਵੀ ਮੌਜੂਦ ਨੇ, ਉਹ ਸਾਡੇ ਨਾਲ ਜੁੜਨ। ਸਾਡਾ ਮਕਸਦ ਇਹ ਕਿ ਨਾ ਮੈਂ ਜ਼ਾਤੀ ਤੌਰ 'ਤੇ ਕਿਸੇ ਤਖ਼ਤ ਲਾਹੌਰ ਦਾ ਜਾਂ ਕਿਸੇ ਤਾਜ ਤਖ਼ਤ ਦਾ ਖਾਹਿਸ਼ਮੰਦ ਹਾਂ, ਮੇਰਾ ਸਿਰਫ਼ ਮੇਰੇ ਸਿਰਫ ਦੋ ਇਸ਼ੂਜ਼ ਨੇ। ਮੇਰਾ ਜ਼ਿੰਦਗੀ ਦਾ ਜਿਹੜਾ ਏਮ ਮਿਸ਼ਨ ਹੈਗਾ, ਪੰਜਾਬ 'ਚ ਮੁਕੰਮਲ ਤੌਰ 'ਤੇ ਪੰਜਾਬੀ ਜ਼ੁਬਾਨ ਲੱਗੇ, ਪੰਜਾਬ ਦੀ ਵੰਡ ਦੀ ਕੋਈ ਗੱਲ ਨਾ ਕਰੇ, ਅਤੇ ਪੰਜਾਬ ਨੂੰ ਜਦੀਦ ਤਰੀਨ ਸਟੇਟ 'ਚ ਅਸੀਂ ਕਨਵਰਟ ਕਰੀਏ ਜਿੱਥੇ ਜਾਗੀਰਦਾਰੀ, ਗੱਦੀ ਨਸ਼ੀਨੀ, ਜਹਾਲਤ, ਸਰਦਾਰੀ ਨਾ ਹੋਵੇ ਅਤੇ ਗੁਲਾਮੀ ਨਾ ਹੋਵੇ। ਚੌਥਾ ਜਿਹੜਾ ਹੈਗਾ, ਮੈਂ ਜਨੂਬੀ ਪੰਜਾਬ ਦੇ, ਸਾਊਥ ਪੰਜਾਬ ਦੇ ਜਿਹੜੇ ਮਸਾਇਲ ਨੇ ਉਹ ਕਿਸੇ ਨਾਮ ਨਿਹਾਦ ਸਰਾਇਕੀ ਦੇ ਜਾਂ ਜਨੂਬੀ ਪੰਜਾਬ ਵਾਲਿਆਂ ਦੇ ਮਸਾਇਲ ਨਹੀਂ, ਉਹ ਬਹਿਸੀਅਤ ਪੰਜਾਬੀ ਮੇਰੇ ਮਸਾਇਲ ਨੇ, ਉਹ ਪੰਜਾਬ ਦੇ ਮਸਾਇਲ ਨੇ, ਹਰ ਪੰਜਾਬੀ ਦੇ ਮਸਾਇਲ ਨੇ। ਜਨੂਬੀ ਪੰਜਾਬ ਦੇ ਮਸਲਿਆਂ ਨੂੰ ਅਸੀਂ ਹੱਲ ਕਰਨਾ। ਇਹ ਜਿਹੜੇ ਨੀਲੀਆਂ ਅਜਰਕਾਂ ਪਾ ਕੇ ਸਰਾਇਕੀ ਸੂਬੇ ਦਾ ਨਾਰਾ ਮਾਰਦੇ ਫਿਰੇ ਨੇ, ਇਹ ਪਨਾਹਗੀਰ ਨੇ, ਇਹ ਪੰਜਾਬ ਖੋਣਾ ਚਾਹੁੰਦੇ ਨੇ ਪੰਜਾਬੀਆਂ ਕੋਲੋਂ ਕਿ ਅਸੀਂ ਅਹਿਸਾਸੇ ਮਹਿਰੂਮੀ ਦਾ ਸ਼ਿਕਾਰ ਹੈ ਗਿਆ। ਉਹਨਾਂ ਦੀ ਮਹਿਰੂਮੀ ਨਹੀਂ, ਇਹ ਸਾਡੀ ਪੰਜਾਬ ਦੇ ਲੋਕਾਂ ਦੀ। ਮੇਰੀ ਖਾਹਿਸ਼ ਹੈ ਕਿ ਮੈਂ ਇਹਨਾਂ ਜਾਗੀਰਦਾਰਾਂ, ਗੱਦੀ ਨਸ਼ੀਨਾਂ, ਪੀਰਾਂ ਦੀ ਦੌਲਤ, ਜਾਗੀਰਾਂ ਖੋ ਕੇ ਸਾਊਥ ਪੰਜਾਬ ਦੇ ਗਰੀਬਾਂ 'ਚ ਵੜਨਾ। ਇਹ ਸਾਡੀ ਤਹਿਰੀਕ ਹੈ। ਤੁਹਾਡਾ ਜਿਹੜਾ ਕਾਮਰੇਡ ਏਜੰਡਾ ਆਪਣੀ ਜਗ੍ਹਾ ਦੇ ਉੱਤੇ ਜੀ, ਗੱਲਬਾਤ ਅਸੀਂ ਤੁਹਾਡੇ ਨਾਲ ਕਰਦੇ ਰਹਾਂਗੇ, ਸਾਡੇ ਸ਼ੋਅ ਦਾ ਟਾਈਮ ਹੁਣ ਬਿਲਕੁਲ ਮੁੱਕ ਗਿਆ, ਲੇਕਿਨ ਤੁਸੀਂ ਸਾਰੀਆਂ ਅੱਜ ਜਿਹੜੀਆਂ ਵੱਡੀਆਂ ਅਤੇ ਅਹਿਮ ਗੱਲਾਂ ਨੇ ਉਹ ਕਰ ਦਿੱਤੀਆਂ ਨੇ, ਅਤੇ ਨਜ਼ੀਰ ਕੌਰ ਸਾਹਿਬ ਅੱਜ ਸ਼ੋਅ ਸ਼ਰੀਕ ਕਰਨ ਦਾ, ਸ਼ਿਰਕਤ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਗੱਲਬਾਤ ਤੁਰਾਂਗੇ, ਤੁਸੀਂ ਕੁਝ ਐਸੀਆਂ ਗੱਲਾਂ ਕੀਤੀਆਂ, ਮੈਂ ਥੋੜ੍ਹੀ ਜਿਹੀ ਇੱਥੇ ਵਜ਼ਾਹਤ ਕਰਾਂਗਾ, ਉਹ ਅਸੀਂ ਸੱਜਣਾਂ ਨੂੰ ਵੀ ਜਿਹੜੇ ਆਪਣੇ ਆਪ ਨੂੰ ਸਰਾਇਕੀ ਮੂਵਮੈਂਟ ਦੀ ਗੱਲ ਕਰਦੇ ਹਾਂ, ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਜੋੜਾਂਗੇ, ਤਾਂ ਕਿ ਉਹ ਗੱਲ ਕਰੀਏ ਉਹਨਾਂ ਦਾ ਕੀ ਪੁਆਇੰਟ ਆਫ ਵਿਊ ਹੈ, ਤੁਹਾਡਾ ਕੀ ਪੁਆਇੰਟ ਆਫ ਵਿਊ ਹੈ, ਔਰ ਕਿਸ ਤਰ੍ਹਾਂ ਕੋਈ ਨਵੀਂ ਰਾਹ ਲੱਭੇ ਸਾਊਥ ਏਸ਼ੀਆ ਦੇ। ਪਹਿਲੇ ਹੀ ਮਿਸਾਇਲ ਨਹੀਂ ਮੁੱਕਣ ਵਾਲੇ ਹੈਗੇ, ਅਸੀਂ ਮਿਸਾਇਲ ਨੂੰ ਕਿਵੇਂ ਘਟਾਈਏ। ਠੀਕ ਹੈ ਜਨਾਬ, ਠੀਕ ਹੈ, ਥੈਂਕ ਯੂ ਵੈਰੀ ਮੱਚ ਜੀ। ਔਰ ਗੱਲਬਾਤ ਅਸੀਂ ਕੀਤੀ ਨਜ਼ੀਰ ਕੌਰ ਸਾਹਿਬ ਨਾਲ, ਔਰ ਸੱਜਣੋ ਮਿੱਤਰੋ ਭੈਣੋ ਅਤੇ ਭਰਾਓ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਜਦੋਂ ਦੋ ਪੰਜਾਬੀ ਆਪਸ ਵਿੱਚ ਗੱਲਾਂ ਕਰਦੇ ਨੇ ਤਾਂ ਗੱਲਾਂ ਮੁੱਕਦੀਆਂ ਨਹੀਂ ਗੀਆਂ, ਔਰ ਇਹੋ ਹੀ ਪੰਜਾਬ ਦਾ ਆਪਣਾ ਇੱਕ ਜੋਸ਼ੀਲਾ ਪਾਣੀ ਜਿਹੜਾ ਕੱਟ ਗਿਆ ਇੱਧਰ ਖਾਸ ਤੌਰ 'ਤੇ ਪਾਕਿਸਤਾਨੀ ਪੰਜਾਬ ਦੀ ਤਰਫ, ਔਰ ਹੁਣ ਨਜ਼ੀਰ ਕੌਰ ਹੋਵਣ ਮੈਂ ਹੋਵਾਂ ਔਰ ਮੇਰੇ ਵਰਗੇ ਔਰ ਨਜ਼ੀਰ ਕੌਰ ਵਰਗੇ ਇੱਥੇ ਹਜ਼ਾਰਾਂ ਬੰਦੇ ਕੈਨੇਡਾ 'ਚ ਬੈਠੇ ਹਾਂ, ਵੀ ਆਲ ਆਰ ਕੈਨੇਡੀਅਨ ਪੰਜਾਬੀਸ ਆਫ ਇੰਡੀਅਨ ਹੈਰੀਟੇਜ ਬੋਰਨ ਇਨ ਪੋਲੀਟੀਕਲ ਪਾਕਿਸਤਾਨ, ਲੇਕਿਨ ਅਸੀਂ ਹੁਣ ਦੇਖਣਾ ਕਿ ਅਸੀਂ ਉਸ ਰੀਜਨ ਦੇ ਵਿੱਚ ਆਪਣੀ ਕੌਮੀ ਸ਼ਨਾਖਤਾਂ ਨੂੰ ਕਿਵੇਂ ਉਭਾਰੀਏ, ਤਾਂ ਕਿ ਅਸਲ ਜਿਹੜਾ ਪ੍ਰੋਬਲਮ ਹੈਗਾ, ਮੈਂ ਇੱਥੇ ਐਂਡ ਦੇ ਵਿੱਚ ਜ਼ਰੂਰ ਡਿਸਕਸ ਕਰਾਂਗਾ, ਜਿਹੜੇ ਖਾਸ ਤੌਰ 'ਤੇ ਪਾਕਿਸਤਾਨੀ ਪੰਜਾਬੀਆਂ ਦਾ, ਜਿਹਦੇ ਵਿੱਚੋਂ ਮੇਰਾ ਵੀ ਤਅੱਲੁਕ ਹੈਗਾ, ਅਸੀਂ ਆਪਣੀ ਕਲਚਰ ਨਾਲ ਪਿਆਰ ਨਹੀਂ ਕੀਤਾ, ਉਹਦੀ ਵਜ੍ਹਾ ਨਾਲ ਸਾਨੂੰ ਜਦੋਂ ਕੋਈ ਸਿੰਧੀ ਆਪਣੇ ਕਲਚਰ ਨਾਲ ਪਿਆਰ ਦੀ ਗੱਲ ਕਰਦਾ ਤਾਂ ਅਸੀਂ ਕਹਿੰਦੇ ਇਹ ਕਿਉਂ ਕਰਦਾ, ਇਹ ਵੀ ਪਾਕਿਸਤਾਨੀ ਬਣ ਜਾਵੇ ਅਤੇ ਮਿਲਤ ਇਸਲਾਮੀਆਂ ਦਾ ਬਣ ਜਾਵੇ, ਉਮਾਂ ਦਾ ਬਣ ਜਾਵੇ, ਪੰਜਾਬੀ ਹੋਣਾ ਭੁੱਲ ਜਾਵੇ। ਇਹਦੀ ਵਜ੍ਹਾ ਨਾਲ ਹੀ ਲੜਾਈਆਂ, ਮਾਰ ਕੁਟਾਈਆਂ ਨੇ। ਨਜ਼ੀਰ ਕੌਰ ਸਾਹਿਬ ਦੀ ਵੀ ਖੁਆਇਸ਼ ਹੈ, ਮੇਰੀ ਵੀ ਖੁਆਇਸ਼ ਹੈ ਕਿ ਇਹ ਕੰਮ ਉੱਥੇ ਵੀ ਮੁੱਕਣ, ਔਰ ਉੱਥੋਂ ਦੇ ਜਿਹੜੇ ਬੈਗਜ ਅਸੀਂ ਇੱਥੇ ਲੈ ਕੇ ਆਏ ਹੋਏ ਹਾਂ ਕੈਨੇਡਾ, ਅਮਰੀਕਾ, ਲੰਡਨ 'ਚ, ਇੱਥੇ ਵੀ ਇੱਕ ਸ਼ਊਰ ਆਵੇ, ਇੱਕ ਅਵੇਅਰਨੈਸ ਹੋਵੇ, ਇਸੇ ਹੀ ਅਵੇਅਰਨੈਸ ਔਰ ਸ਼ਊਰ ਨੂੰ ਲੈ ਕੇ ਅਸੀਂ ਅੱਗੇ ਫੈਲਾ ਦੇ ਰਹਾਂਗੇ। ਅੱਜ ਦਾ ਬਿਲਾ ਤਕੱਲਫ ਤਾਹਿਰ ਗੋਰਾ ਨਾਲ, ਦੇਖਣ ਔਰ ਸੁਣਨ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਰੱਬ ਰਾਖਾ।